ਪਿਆਰ ਭਾਲਦਾ ਏ। ਬਾਕੀ ਰਾਮ ਕਹਾਣੀ ਹਰ ਇੱਕ ਦੀ ਮੁੱਕ ਜਾਂਦੀ ਹੈ। ਮੇਲਾ ਲੱਗਿਆ, ਅੱਜ ਭਾਗਾਂ ਵਾਲਾ ਗਰਾਊਂਡ ਹੈ ਤੇ ਭਾਗਾਂ ਵਾਲਾ ਸਮਾਂ। ਦਰਸ਼ਕ ਵੀਰੋ, ਇਸ ਧਰਤੀ ਤੋਂ, ਇਸ ਕਬੱਡੀ ਤੋਂ ਆਪਾਂ ਕੁਝ ਸਿੱਖ ਕੇ ਜਾਣਾ ਹੈ ਤਾਂ ਕਿ ਆਪਾਂ ਨੂੰ ਵੀ ਦੁਨੀਆ ਯਾਦ ਰੱਖੇ, ਆਪਣਾ ਵੀ ਦੁਨੀਆ ਤੇ ਨਾਮ ਹੋਵੇ। ਹਰ ਇਨਸਾਨ ਨੇ ਤੁਰ ਜਾਣਾ, ਪਰ ਦੁਨੀਆ ਤੇ ਨਾਮ ਹੋਣਾ ਚਾਹੀਦਾ, ਦੁਨੀਆ ਤੇ ਨਾਮ ਹੋਣਾ ਚਾਹੀਦਾ। ਦਰਸ਼ਕ ਵੀਰੋ, ਵੱਡੀ ਸੋਚ ਹੋਣੀ ਚਾਹੀਦੀ ਹੈ। ਇੱਧਰ ਰਾਉਕੇ ਦਾ ਬਿਆਨ ਤਾਂ ਇਹ ਵੀ ਵੀਰ ਪੁੱਜ ਗਿਆ ਤੇ ਸਾਡੀ ਬੇਨਤੀ ਹੈ ਕੜਿਆਲ ਦੀ ਟੀਮ ਗਰਾਊਂਡ ਵਿੱਚ ਆਵੇ, ਪਿੰਡ ਕੜਿਆਲ। ਇੱਧਰ ਜੋ ਮੈਚ ਸਟਾਰਟ ਹੋਣਾ ਹੈ ਕੜਿਆਲ ਤੇ ਦੀਵਾਨੇ, ਜਿੱਥੇ ਆਪਾਂ ਇਸ ਮੈਦਾਨ ਦੇ ਨਾਲ ਜੁੜੇ ਹਾਂ, ਉੱਥੇ ਬੈਨਰ ਵੀ ਲੱਗੇ ਆਪਾਂ ਨੂੰ ਦਿਖਾਈ ਦੇ ਰਹੇ ਹੈ। ਥਾਂ ਥਾਂ ਤੇ ਬੈਨਰਾਂ ਤੇ ਲੱਗਿਆ, ਕੁੱਖ 'ਚ ਧੀ ਅਤੇ ਧਰਤੀ 'ਚ ਪਾਣੀ, ਜੇ ਨਾ ਸਾਂਭੇ ਤਾਂ ਖਤਮ ਕਹਾਣੀ। ਸਰੀਰਕ ਤੰਦਰੁਸਤੀ ਲਈ ਖੇਡਾਂ ਦਾ ਮੁੱਢ ਬੰਨਣ ਵਾਲੇ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਜਿਨ੍ਹਾਂ ਨੇ ਦੁਨੀਆ ਦੇ ਲਈ, ਜਿਨ੍ਹਾਂ ਨੇ ਆਪਣੇ ਮਿਰਵੀਰੋ ਇਸ ਮੁਕਾਮ ਤੇ ਪਹੁੰਚਣ ਦੇ ਲਈ ਮੇਲੇ ਕਰਵਾਉਣ ਦੇ ਲਈ, ਮੇਲੇ ਕਰਵਾਉਣ ਦੇ ਹੁਕਮ ਹੋਇਆ ਹੈ, ਇਹਨਾਂ ਗੁਰੂਆਂ ਦੇ ਜ਼ਰੀਏ, ਇਹਨਾਂ ਪੀਰਾਂ ਪੈਗੰਬਰਾਂ ਦੇ ਜ਼ਰੀਏ ਅੱਜ ਮੇਲੇ ਲੱਗਣੇ ਸ਼ੁਰੂ ਹੋਏ ਹੈ। ਜਿੱਥੇ ਕਿ ਕਬੱਡੀ ਦਾ ਆਨੰਦ ਮਾਣਦੇ ਹਾਂ, ਉੱਥੇ ਪਹੁੰਚੀਆਂ ਹੋਈਆਂ ਸੰਗਤਾਂ ਦਾ ਅਸੀਂ ਵਾਰ ਵਾਰ ਧੰਨਵਾਦ ਕਰਦੇ ਹਾਂ। ਬਾਈ ਜੀ, ਇੱਕ ਹੱਥ ਬੰਨ ਕੇ ਬੇਨਤੀ ਆ, ਜੋ ਮਚਾਕੀ ਮੱਲ ਸਿੰਘ ਵਾਲੀ ਸੜਕ 'ਤੇ ਗੱਡੀਆਂ ਖੜੀਆਂ, ਉਹ ਸਾਰੀਆਂ ਗੱਡੀਆਂ ਨੂੰ ਉੱਥੋਂ ਇੱਧਰ ਵਾਟਰਵਰਕਸ ਵਾਲੀ ਸਾਈਡ 'ਤੇ ਲਿਆ ਕੇ ਲਾ ਦਿਓ। ਇੱਧਰ ਮੇਨ ਰੋਡ ਤੇ ਜਿਹੜੀਆਂ ਗੱਡੀਆਂ ਖੜੀਆਂ ਹੈ ਵੀਰਾਂ ਦੀਆਂ, ਮਚਾਕੀ ਮੱਲ ਸਿੰਘ ਵਾਲੇ ਸਾਈਡ, ਸਾਡੀ ਬੇਨਤੀ ਹੱਥ ਬੰਨ ਕੇ ਉਹ ਆਪਣੇ ਵਹੀਕਲ ਸਾਈਡ ਤੇ ਕਰ ਲੈਣ। ਇਹ ਸਖਤ ਤੌਰ ਤੇ ਬੇਨਤੀ ਹੈ, ਜਿਨ੍ਹਾਂ ਦੀਆਂ ਗੱਡੀਆਂ ਵਹੀਕਲ ਇੱਧਰ ਮੇਨ ਰਸਤੇ ਵਿੱਚ ਖੜੀਆਂ ਹੈ, ਮਚਾਕੀ ਮੱਲ ਵਾਲੇ, ਮਚਾਕੀ ਮੱਲ ਸਿੰਘ ਵਾਲਾ ਰੋਡ, ਉਧਰ ਸਾਈਡ ਤੋਂ ਆਪਣੀਆਂ ਗੱਡੀਆਂ ਮੂਵ ਕਰ ਲਈਆਂ ਜਾਣ। ਇਹ ਸਾਡੀ ਸਖਤ ਤੌਰ ਤੇ ਬੇਨਤੀ ਹੈ। ਇੱਕ ਪਿੰਡ ਓਪਨ ਦੀਆਂ ਜੀ ਟਾਈਆਂ ਪਾਉਣ ਲੱਗੇ ਆ, ਜਿਹੜੀਆਂ ਟੀਮਾਂ ਵਿਸ਼ੇਸ਼ ਸੱਦੇ ਤੇ ਸੱਦੀਆਂ ਗਈਆਂ, ਉਹਨਾਂ ਨੂੰ ਬੇਨਤੀ ਹੈ ਉਹ ਸਾਡੇ ਨਾਲ ਸੰਪਰਕ ਕਰਨ। ਤੇ ਜੇ ਕਿਸੇ ਵੀ ਟੀਮ ਨੇ ਐਂਟਰ ਹੋਣਾ, ਉਹ ਟਾਈਆਂ ਪੈਣ ਤੋਂ ਪਹਿਲਾਂ ਟੀਮ ਐਂਟਰ ਹੋ ਸਕਦੀ ਹੈ, ਟਾਈਆਂ ਪੈਣ ਤੋਂ ਬਾਅਦ ਕੋਈ ਟੀਮ ਐਂਟਰ ਨਹੀਂ ਕੀਤੀ ਜਾਣੀ। ਪੰਝੱਤਰ ਦੀ ਟੀਮਾਂ ਦੇ ਜੇਤੂ ਖਿਡਾਰੀ ਸੈਮੀ ਫਾਈਨਲ ਮੈਚ ਨੇ ਟਾਈਆਂ ਪਾਉਣ ਲੱਗੀਆਂ ਜੀ, ਉਹ ਟੀਮਾਂ ਆਪਣਾ ਮੈਚ ਨੋਟ ਕਰਨ। ਇੱਕ ਪਿੰਡ ਓਪਨ ਦੀਆਂ ਜਿਹੜੀਆਂ ਟੀਮਾਂ ਅਸੀਂ ਵਿਸ਼ੇਸ਼ ਤੌਰ ਤੇ ਸੱਦੀਆਂ ਨੇ, ਉਹ ਸਾਡੇ ਨਾਲ ਸੰਪਰਕ ਕਰਨ। ਇੱਕ ਪਿੰਡ ਓਪਨ ਦੀਆਂ ਟੀਮਾਂ ਜਿਹੜੀਆਂ ਵਿਸ਼ੇਸ਼ ਤੌਰ ਤੇ ਸੱਦੀਆਂ ਗਈਆਂ, ਉਹ ਸਾਡੇ ਨਾਲ ਸੰਪਰਕ ਕਰਨ, ਅਸੀਂ ਟਾਈਆਂ ਪਾਉਣ ਲੱਗੇ ਹਾਂ। ਇੱਧਰ ਮੈਚ ਸਟਾਰਟ ਹੋਣ ਲੱਗਿਆ ਕੜਿਆਲ ਤੇ ਪਿੰਡ ਦੀਵਾਨੇ, ਪਹਿਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਅਮਨ ਚੰਦ ਪੁਰਾਣੇ ਦਾ ਖੇਡ ਗਰਾਊਂਡ 'ਚ ਵੱਧ ਚੁੱਕਿਆ ਹੈ। ਉਧਰ ਚੌਂ ਜਾਫੀਆਂ ਦੇ ਵਿੱਚੋਂ ਇਹਨੂੰ ਖਹਿਰਾ ਕਹਿੰਦੇ ਆ ਦਰਸ਼ਕ ਵੀਰੋ, ਇੱਕ ਖਹਿਰਾ ਪਿੰਡ ਬਹੁਤ ਮਸ਼ਹੂਰ ਹੈ, ਪਰ ਇਸ ਨੌਜਵਾਨ ਜਾਫੀ ਦਾ ਨਾਮ ਖਹਿਰਾ ਹੈ। ਪਾ ਵੀ ਜੱਗਿਆ ਕਬੱਡੀ, ਇੱਕ ਜੱਗਾ ਸੈਦੋਕੇ ਦਾ ਕਹਿੰਦੇ ਆਸਟ੍ਰੇਲੀਆ ਵਿੱਚ ਟਰੱਕ ਚਲਾਉਂਦਾ ਹੈ, ਇੱਕ ਜੱਗਾ ਜਨੇਤਪੁਰ ਦਾ ਕਬੱਡੀ ਖੇਡਦਾ, ਕਿ ਇੱਕ ਜੱਗਾ ਇਹਨਾਂ ਦਾ ਨਾਇਕ ਹੋਇਆ ਹੈ। ਗੱਲ ਕਰੀਏ ਦੁੱਲੇ ਪੱਟੀ ਦੀ, ਜੱਗਾ ਇਹਨਾਂ ਦਾ ਨਾਇਕ ਰਿਹਾ ਏ। ਗੱਲ ਕਰੀਏ ਦੁੱਲੇ ਪੱਟੀ ਦੀ, ਬਦਰੀ ਦੇ ਕੀਪੇ ਵਾਲੀ ਕਬੱਡੀ ਖੇਡਦਾ, ਬੜੀ ਫੁਰਤੀ ਵਾਲਾ ਖਿਡਾਰੀ ਹੈ ਨੌਜਵਾਨ ਜੱਗਾ ਦੀਵਾਨਿਆਂ ਦਾ। ਪਾ ਵੀ ਗੁਰਜੀਤ ਆ ਅਗਲੀ ਕਬੱਡੀ, ਇੱਧਰ ਗੁਰਜੀਤ ਸਿੰਘ ਟੇਕ ਧਰਤੀ ਮਾਂ ਨੂੰ ਮੱਥਾ, ਅਗਲੀ ਕਬੱਡੀ ਪਾਉਣ ਲਈ ਵੱਧ ਰਿਹਾ ਹੈ। ਸੱਚੇ ਦਿਲੋਂ ਖੇਡਣੀ ਜੇ ਕਬੱਡੀ ਖੇਡਣੀ,
बिना गलों रोगना लाली सजना सौखी नहीं हो बिल्लिया पलेरी मिलती लोगों पिछे हटना तड़ाली सजना सौखी नहीं हो बिल्लिया पलेरी मिलती लोगों पिछे हटना तड़ाली सजना लोगों पिछे हटना तड़ाली सजना उधर धरदा तौलते हाथ पर देखते हैं भी कबड्डी दे विच मार दो ताड़ियां दर्शक वीरो बहुत टॉप का जफा ते अंक पिंड दवानिया की टीम के किसे आ खिडारी कहते नौजवान शिकंदर शेरपुर के सदे गुरमीर झूड़ चक्की की टीम के लिए ज्योति समरे की टीम के लिए कनेडा के खेड ग्राउंडा के 70 किलो भार के मैच खेडे है बेअंत सिंह रावके का मेरे वीरो उधर चार जाफी है कड़ियाल पिंड का किड़ा जाफी अपने पिंड को मशहूर करता है पट्टी खुच पर पॉइंट वेखते मेरे दर्शक वीरो पिंड दवानिया के किसे आ जो अंक रेडर के किसे जुड़िया है पावी अमन सिंह जड़िया टीम खेल रही दोनों टीम का एक एक खिलाड़ी इधर आके टाइया देख सकता है असि टाइया पा लगे हाँ जड़िया टीम खेल रही वीर जे कोई ऑब्जैक्शन है ताकि टाइया देख सकते हो बाद विच कोई भी ऑब्जैक्शन किसी टीम का नहीं मनिया जाना टाइया पै रही ने जेतू टीम 75 किलो दियां आके टाइया देख लैन इधर जगे की कबड्डी उधर दर्शक वीरो हैप्पी नाम है सनाउजान का उच्चा लम्मा कादा है और 2012 का खेड सीजन 2013 का खेड सीजन आ पिंड कड़ियाल की टीम आ बहुत टॉप क्लास खेडी है अज भी तुम्मा पा रही इन्हें ग्राउंडा दे विच पावी अमन सिंह अगली कबड्डी के जे कोई सोचे मंगी वर्गा ऐडा नाम नहीं करिया जाना लख मेहनत लाला सजना कालू नहीं बनिया जाना जे कोई सोचे पाले वर्गा जिसम नहीं तनिया जाना जे कोई सोचे पाले वर्गा जिसम नहीं तनिया जाना पिथों पिंड विच शीरे वर्गा लोको पुत नहीं जनिया जाना लोको पुत नहीं जनिया जाना इस नौजवान का लुधियाना जिला है ते बद्दोवाल पिंड है जिथे कबड्डी दे विच कहिंदे गड्डियां दित्तियां जांदियां है खान बद्दोवालिया इलाके जफा अज संगता निहाल करता है इधर फिर जो पॉइंट इस जाफी के किसे पावी नौजवाना अगली कबड्डी बेअंत सिंह नौजवाना गुरु सर खारा ते गिलजेवाल ये टीमों बेनती है जी टीम ग्राउंड एंटर करना गुरु सर खारा ते गिलजेवाल इस तो अगला मैच खेडा जाना है गुरु सर खारा ते गिलजेवाल इधर गुरजीत की कबड्डी ते चार जाफी है वेखद चौहों पिछों कौन नौजवान जफा लाउंदा एक साइड नौजवान राउके का खहरा लग्या हुआ खुची वेखद भी पॉइंट किधर किसे जुड़ता इस वे फिर जो अंक पिंड दवानिया के किसे आ भी जो अंक इस जाफी के किसे जुड़िया है कि जाफी वो कहदा जिहड़ा फड़ फड़ छड़दा है रेडर भी कहदा रेडा गिण गिण कढ़दा है शेरां वर्गा रखना पैंदा दम कबड्डी का जने खणे दे वास्ता नहीं है कम कबड्डी का कि जने खणे दे वास्ता नहीं है कम कबड्डी का पतो हीरा सिंह की टीम के लिए आ भी नौजवान कबड्डियां पाउंदा है इंटरनेशनल कबड्डी खिलाड़ी मेरे वीरो बेअंत रावके का जिहड़ा कहिंदे नौजवान विदेशों में धुम्मा पाउंदा जिहड़ा कबड्डी कप्पां ते खेडण लग जांदा ते दुनिया उहनूं इंटरनेशनल खिडारी कहिंदी है अज इंटरनेशनल खिडारी पिंड ढीमांवाली का खेड ग्राउंड आ उधर धरिया तौलते हाथ सरामा पिंड है जाफी का पर पॉइंट आ पिंड दवानिया के किसे पावी अमन सिंह अगली कबड्डी चंद पुराने के कबड्डी कप ते कहिंदे नुकरे घोड़े दिते जाते हैं अज मोटरसाइकिल दिते जाएंगे वेखदा ढीमांवाली का कबड्डी कप अज कहड़े कबड्डी खिलाड़ी चुम रहे हैं गिलजावाल ते गुरु सर खारा मैच खत्म होने तो टीम पहला ग्राउंड च आनिया चाहिए है गिलजावाल ते गुरु सर खारा
दीवानियां दी टीम दा जग्गा इस वेले दर्शक भीरो अगली कबड्डी पाउण लई वधिया है। उधर चौं जाफियां दे विचों कड़ियाल वाला जाफी ना हो गया ना, चारे जाफियां दे कद काठ इक्को जिहे लगदे है। जद भी कोई लगदा मेरे वीरो भुलेखे पैण वाली गल है, यह नहीं पता लगता भी कदों हैप्पी लगता है, कदों दीपा लगता है, कदों भाली वर्गे खुची बढ़ते है। यह समय दियां गल्लां है। इधर गुरजीत अगली कबड्डी पाउण लई वधिया है। लै भी बदो वालिया अज लग जाए पता ना हो जाना भी इस एरिए धुम है इस मुंडे की, पर उधरी साइड लखा जहा अंक इस धावी के गिस्से पा भी बेंत सिया। अगली कबड्डी गिल जयवाल से गुरु सर खारे दीमां बेनती है, मैच खत्म होने वाला है, वो टीम नहीं पुजिया हाले तक। गिल जयवाल से गुरु सर खारा एक मिनट की उड़ीक है जी, टीम ग्राउंड च एंटर करना। गिल जयवाल से गुरु सर खारा अगलिया टीमों को बेनती है जी, मैच खत्म होने तो पहला टीम ग्राउंड च एंटर कर जाना। गिल जयवाल से गुरु सर खारा, उधर चंद प्राणी का अमन अगली कबड्डी पाउण लई वधिया है। कि फाटकां दे वांगू जंजुआ है अड़दा, सैटल वाला मीक तरांतरां नूं फड़दा, दुनिया सी फैन कदे काले तूफान दी, बाबर गुजर नूं भी दुनिया है जानदी, कि बाबर गुजर नूं भी दुनिया है जानदी। पावी दवाने वालिया अगली कबड्डी गुरु सर खारा ते पिंड गिलजेवाल काफी देर का अनाउंसमेंट कर रहे हैं, कोई टीम नहीं पुजी। लास्ट बेनती है जी टीम लई, एक पिंड ओपन दी टीम बेनती है जी, टीम एंट्री फीसा आके दे जान। वो टीम ता एंटर मनी जानी है जो टीम फीस भरा के जाती है। इधर कुछ वीर ने कुर्सियां चाके अगे कर लिया ने। साड़ी बेनती है वीर जी इन्हां मैटां ते भी आपां संगतां उठाउणियां है, प्लीज़ जिथे कुर्सियां पईआं ने उत्थे उत्थे बैठण दी कृपालता करो। साडी हथ बन के बेनती है जिथे जिथे कुर्सियां पईआं ने प्लीज़ उत्थे उत्थे विराजमान हो जाण संगतां, हथ बन के बेनती है। गिल जयवाल ते गिल जयवाल से गुरु सर खारा लास्ट बेनती जी इन्हां टीमां लई, ग्राउंड खाली है। गिल जयवाल से गुरु सर खारा टीमां नूं लास्ट बेनती, टीमां कट्टण लगे आ। एक पिंड ओपन दियां टाइयां पाईआं जाण वीर जी, साडी बेनती एक पिंड ओपन दियां टाइयां पाईआं जाण। इसलिए जो मैच स्टार्ट होना है गिल जयवाला से गुरु सर खारा, एक मिनट की उड़ीक है जी टीम लई। गिल जयवाला ते गुरु सर खारा दी टीमां नूं एक मिनट की उड़ीक है। दवाने की टीम जेतू रही है, जिहड़ा मैच हुण खेडिया गया है उस मैच दे विचों दवानियां दी टीम जेतू रही है। कि जिहड़े रखदे ने चेते खेड मां मित्रो, कर जांदे दुनिया ते ना मित्रो, जिहड़े रखदे ने चेते खेड मां मित्रो, कर जांदे दुनिया ते ना मित्रो। लड़तों वाला तो कहना गल्लां खरियां, किसे गल नाल ही मिल निस्तार गिरियां, किसे गल नाल ही मिल निस्तार गिरियां। लै भी दीपू सिया अज स्टारां दे पेड़ होने हैं, अज सानां दे पेड़ कराए जाणगे। बाबा फकरदास खेड स्टेडियम पिंड ढीमा वाली श्री गुरु ग्रंथ साहिब जी दी बहुत वड्डी देण है, जिन्हां दा हर एक इंसान ते मेरे वीरो हर एक इंसान ते हथ है। गुरुआ पीरां दी धरती, पंजाब दी धरती जिथे कबड्डी खेडी जांदी है, ते दुनिया दे विच इको एक खेड है पंजाबियां दी जिहनूं मां खेड कहा जांदा। अज मां खेड दे मुकाबले पिंड ढीमावल दे ग्राउंडां च हो रहे है। गुरु सर खारा ते
गिलजे वाला ते रामदास खारा ए मैच स्टार्ट होन लग्या ते माइक ते मेरा साथी वीर दीपू अमरगढ़ मेरा वीर मशहूर कमेंटेटर इस माइक ते हाजरी देवेगा पहुंची हुई संगतां दा फिर तो धन्नवाद है नाल दी नाल रल मिल के संगतां दे दर्शन करते जावांगे कि दुनिया के किसे कोने रहोवे पंजाबीओ गुरु दियां मौजां मेरा लोए पंजाबीओ बच्चियां नूं इन्नी गल कहोए पंजाबीओ मर जाने माना सिखी मंगदी सिरां नूं मर जाने माना सिखी मंगदी सिरां नूं मुड़ जा बीबा अपने ग्रां नूं मुड़ जा बीबा अपने ग्रां नूं लै पुई दीपू सिंह कर गल मां खेड़ कबड्डी दी सो जिन्ना वीरां ने सानू माइक सहायता दिती है उन्हां नूं असीं मान सम्मान देने ने ओ वीर स्टेज दे नेड़े आ जाण माणा सिंह ठेकेदार मनदीप सिंह दियाल रेशम सिंह दियाल सुखदीप सिंह दियाल जलौर सिंह दियाल निहंग सिंह परमजीत सिंह पम्मा गुरजीत सिंह सरपंच मिर्जे के दिलप्रीत सिंह दियाल गुरदेव सिंह दियाल सैकटरी सुरजीत सिंह दियाल सोनी दियाल सुखमंदर सिंह दुबई सुरजीत सिंह हरनेक सिंह दियाल कनेडा रजिंद्र सिंह दियाल मलेशिया केवल सिंह दियाल हांगकांग काला सिंह ठेकेदार चम जसकौर सुखवीर सिंह दियाल मास्टर गुरतेज सिंह गुरचरण सिंह दियाल गुरदीप सिंह दीपू चमकौर सिंह फौजी जगरू सिंह खालसा तरसीम लाल मीट सुरगवासी सुरगवासी नवेंद्र सिंह दियाल मास्टर मिस्त्री बलजिंदर सिंह वांदर जटाणा भरपूर सिंह कनेडा मेजर सिंह दियाल पंजाब पुलिस लखविंदर सिंह मास्टर लखविंदर सिंह दुबई जसविंदर सिंह पवार जई ਬਿਆਸ ਸਿੰਘ ਦਿਓਲ ਮਹਿੰਦਰ ਸਿੰਘ ਠੇਕੇਦਾਰ ਬਲਵੰਤਪੁਰੀ ਸੁਭਾ ਸਿੰਘ ਪੁਰੀ ਗੁਰਚਰਨ ਸਿੰਘ ਐਂਟਰਪ੍ਰਾਈਜ਼ਸ ਪ੍ਰਵਿੰਦਰ ਸਿੰਘ ਸੇਖੋ ਐਸਐਚਓ ਨਿਹਾਲ ਸਿੰਘ ਵਾਲਾ ਸੈਪੀ ਦਿਓਲ ਨਵਜੋਤ ਸਿੰਘ ਦਿਓਲ ਸੈਪੀ ਰਾਜਾ ਸਿੰਘ ਅਜੈਬ ਸਿੰਘ ਜਗਦੇਵ ਸਿੰਘ ਬਰਾੜ ਫਰੀਦਕੋਟ ਸਵਰ ਸਿੰਘ ਸਪੁੱਤਰ ਮੱਖ ਸਿੰਘ ਜਗਦੀਸ਼ ਸਿੰਘ ਸਪੁੱਤਰ ਠਾਣਾ ਸਿੰਘ ਕਿਰਪਾ ਕਰਕੇ ਇਹਨਾਂ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਜੋ ਉਹਨਾਂ ਦੇ ਮਾਣ ਸਨਮਾਨ ਦਿੱਤੇ ਜਾਣ ਇਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਚਿਤਾਲੀਵਾਂ ਮਹਾਨ ਕਬੱਡੀ ਮੇਲਾ ਫਕਰਾਂ ਦੀ ਯਾਦ ਨੂੰ ਸਮਰਪਿਤ ਹੈ ਜਿੰਨੇ ਵੀ ਦਰਸ਼ਕਵੀਰ ਪੁੱਜੇ ਨੇ ਸਾਰਿਆਂ ਨੇ ਫਕਰਾਂ ਦੇ ਦਰ ਤੇ ਹਾਜ਼ਰੀ ਲਵਾਈ ਹੈ ਇੱਕ ਜ਼ੋਰਦਾਰ ਤਾੜੀ ਪਹਿਲਾਂ ਬਾਬਾ ਜੀ ਦੇ ਨਾਂ ਤੇ ਮਾਰ ਦਿਓ ਜਕਾਰਾ ਬਾਬੇ ਫਕਰਦਾਸ ਜੀ ਮਹਾਰਾਜ ਕਾ ਬੋਲ ਸੱਚੇ ਦਰਬਾਰ ਕੀ ਜੈ ਤੁਹਾਡੀ ਹਾਜ਼ਰੀ ਕਬੂਲ ਕਰੇ ਸੱਚੇ ਪਾਤਸ਼ਾਹ ਵਾਹਿਗੁਰੂ ਲਓ ਆਪਾਂ ਦੇਖੀਏ ਕਬੱਡੀ ਦੇ ਇਹ ਮਹਾਨ ਖਿਡਾਰੀ ਜਿਹੜੇ ਪੁੱਜੇ ਹੋਏ ਨੇ ਲਓ ਪਹਿਲੀ ਕਬੱਡੀ ਤੇ ਕਹਿੰਦੇ ਲੱਖੇ ਨੌਜਵਾਨ ਨੂੰ ਜੱਫਾ ਲਾ ਦਿੱਤਾ ਹੈ ਇਧਰਲੇ ਪਾਸੇ ਕਹਿੰਦੇ ਬਹੁਤ ਵਧੀਆ ਟੀਮਾਂ ਨੇ ਗਿਲਜੇ ਵਾਲਾ ਪਿੰਡ ਹੈ ਐਸ ਹੱਥ ਫਕਰਾਂ ਦੀ ਜਗ੍ਹਾ ਵਾਲੇ ਪਾਸੇ ਔਰ ਦੂਸਰੇ ਪਾਸੇ ਜਿਹੜੀ ਟੀਮ ਹੈ ਇਹ ਰਾਮਦਾਸ ਖਾਰੇ ਦੀ ਟੀਮ ਹੈ ਮੇਰੇ ਵੀਰਿਓ ਲਓ ਦੋਨੇ ਟੀਮਾਂ ਦਾ ਫਸਵਾਂ ਮੈਚ ਅੱਜ ਕੁੰਡੀਆਂ ਦੇ ਸਿੰਘ ਫਸਣੇ ਹੈ ਕੋਈ ਵੜੇਵੇਂ ਖਾਣੀ ਨਿਤਰੂਗੀ ਜਿਵੇਂ ਸਾਡੇ ਸਿਆਣੇ ਕਹਿੰਦੇ ਹੁੰਦੇ ਹੈ ਵੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਵੜੇਵੇਂ ਖਾਣੀ ਆਹ ਖਿਡਾਰੀ ਦਾ ਇੱਕ ਹੀ ਸਟਾਈਲ ਹੈ ਜਦੋਂ ਵੀ ਕਬੱਡੀ ਪਾਉਂਦਾ ਕਹਿੰਦੇ 6 ਵਾਰ ਮੱਥਾ ਧਰਤੀ ਮਾਤਾ ਨੂੰ ਜ਼ਰੂਰ ਟੇਕਦਾ ਲਓ ਟੇਕਿਆ ਧਰਤੀ ਮਾਂ ਨੂੰ ਮੱਥਾ ਲਈ ਆ ਸੂਰਜ ਦੇਵਤਾ ਤੋਂ ਸ਼ਕਤੀ ਉਧਰਲੇ ਪਾਸੇ ਇੱਕ ਕੰਨੀ ਤੇ ਕਲਿਆਣ ਪਿੰਡ ਹੈ ਨੌਜਵਾਨ ਜ਼ਿਲ੍ਹੇ ਬਠਿੰਡੇ ਦੇ ਵਿੱਚ ਵਸਦਾ ਪਰ ਆ ਰਵੀ ਹੈ ਸਾਹੋ ਕੇ ਪਿੰਡ ਜ਼ਿਲ੍ਹਾ ਮੋਗਾ ਦਾ ਮਸ਼ਹੂਰ ਪਿੰਡ ਹੈ ਬਾਬੂ ਰਾਜਬਲੀ ਦਾ ਪਿੰਡ ਹੈ ਲਓ ਇੱਕ ਪਾਸੇ ਪ੍ਰੀਤ ਗਿਲਜੇ ਵਾਲਾ ਔਰ ਦੂਸਰੇ ਪਾਸੇ ਰਵੀ ਬੈਜਾ ਹੋ ਗਈ ਮਿੱਤਰੋ ਮਾਰੋ ਤਾੜੀਆਂ ਕਬੱਡੀ 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 ਏ ਸਾਨਾ ਦਾ ਪੇੜ ਬੱਲੇ ਬੱਲੇ ਹੋ ਗਈ ਮਿੱਤਰੋ ਵਾਹ ਜੀ ਜੇਕਰ ਦੋਨੇ ਟੀਮਾਂ ਦਾ ਮੈਚ ਵਧੀਆ ਲੱਗਦਾ ਦਰਸ਼ਕ ਵੀਰੋ ਤਾੜੀਆਂ ਜ਼ਰੂਰ ਮਾਰਦਿਆ ਕਰੋ ਆਹ ਹੈ ਨੌਜਵਾਨ ਸੰਦੀਪ ਕਿ ਡੌਲੇ ਫਰਕ ਦੇ ਚਿਹਰਾ ਮੁਸਕਾਨ ਭਰਿਆ ਸਾਰੇ ਪਾਸੋਂ ਗੱਭਰੂ ਨੂੰ ਠੀਕ ਕਹਿੰਦੇ
ਗੁੱਡੀ ਚੜੀ ਆ ਜੱਟ ਦੀ ਜਾਗੀ ਉੱਤੇ ਇਹਨੂੰ ਸਾਹੋਕਿਆਂ ਵਾਲਾ ਸੰਦੀਪ ਕਹਿੰਦੇ ਲੈ ਵੀ ਨੌਜਵਾਨਾਂ ਲੱਗ ਜਾਣਾ ਪਤਾ ਖਾਧੀ ਖੁਰਾਕ ਇੱਕ ਪਾਸੇ ਕਹਿੰਦੇ ਨੌਜਵਾਨ ਮਨਪ੍ਰੀਤ ਹੈ ਵਾਹ ਓਏ ਗੱਭਰੂਆ ਮਾਰਦਾ ਧੱਕੇ ਖਾਧੀ ਖੁਰਾਕ ਸੰਦੀਪ ਸੰਦੀਪ ਏ ਵਾਹ ਪੁਆਇੰਟ ਓਪਨ ਦੇ ਪਹਿਲੇ ਰਾਉਂਡ ਦੀਆਂ ਟਾਂਗਾਂ ਪੈ ਰਹੀਆਂ ਨੇ ਦੋਦੇ ਦਾ ਮੈਚ ਹੋਣਾ ਸੁਰ ਸਿੰਘ ਵਾਲੇ ਦੇ ਨਾਲ ਭਲੂਰ ਦਾ ਜਿਹੜਾ ਮੈਚ ਖੇਡਿਆ ਜਾਣਾ ਹੈ ਇਹ ਪੰਜ ਗਰਾਈਂ ਦੇ ਨਾਲ ਧੱਲੇ ਕਿਆ ਨੇ ਘੋਲੀਆਂ ਖੁਰਦ ਨਾਲ ਖੇਡਣਾ ਹੈ ਤਲਵੰਡੀ ਭਾਈ ਤੇ ਹਰੀ ਕੇ ਗਲ ਪਾਵੇ ਗੱਭਰੂ ਹੈ ਕਬੱਡੀ ਗੁੰਦਵਾਂ ਸਰੀਰ ਕਿ ਗੁੰਦਵੇਂ ਸਰੀਰ ਸਾਂਭੇ ਨਾਲੇ ਰੇਡਾਂ ਪਾਉਂਦੇ ਨੇ ਨਾਲੇ ਜੱਫੇ ਲਾਉਂਦੇ ਨੇ ਆ ਵੇਖਦਾ ਵੀ ਕਲਿਆਣਾ ਵਾਲਿਆ ਨੌਜਵਾਨਾਂ ਹੋ ਤਕੜਾ ਇਹ ਮੁੰਡੇ ਨੇ ਮੋਟਰਸਾਈਕਲ ਦਿੱਤੇ ਮਾਰੋ ਤਾੜੀ ਬਹਿ ਜਾ ਕੌਡੀ ਕੌਡੀ ਹੋ ਗਈ ਮਿੱਤਰੋ ਫੜਿਆ ਲੱਕ ਕਲਿਆਣ ਪਿੰਡ ਵਾਲਾ ਨਹੀਂ ਰਿਸਾ ਇੱਧਰ ਕਹਿੰਦੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਵੜੇਵੇਂ ਖਾਣੀ ਆ ਹੂਟਰ ਵਾਲਿਆ ਮਾੜਾ ਜਿਹਾ ਧਿਆਨ ਰੱਖੀ ਇਹ ਦੋਨੇ ਟੀਮਾਂ ਦਾ ਜੇ ਮੈਚ ਵਧੀਆ ਲੱਗਦਾ ਦਰਸ਼ਕ ਵੀਰੋ ਪੱਬਾਂ ਭਾਰ ਹੋ ਕੇ ਵੇਖਣ ਵਾਲਾ ਮੈਚ ਹੈ ਉਧਰਲੇ ਪਾਸੇ ਨੌਜਵਾਨ ਹਰਦੀਪ ਲੈ ਵੀ ਮਨਪ੍ਰੀਤ ਬਰਾਬਰ ਦੇ ਜੱਫੇ ਦੀ ਗੱਲ ਕਰ ਨੌਜਵਾਨਾਂ ਇਹ ਆਏ ਹਾਏ ਪੁਆਇੰਟ ਪੁਆਇੰਟ ਕਹਿੰਦੇ ਖਾਰੇ ਦੀ ਟੀਮ ਦੇ ਹਿੱਸੇ ਹੈ ਖਾਰਾ ਪਿੰਡ ਇਤਿਹਾਸਕ ਪਿੰਡ ਹੈ ਆ ਗਿਆ ਪ੍ਰੀਤ ਨੌਜਵਾਨ ਪੰਜਾਬ ਦੇ ਉੱਚ ਕੋਟੀ ਦੇ ਕਬੱਡੀ ਕੱਪਾਂ ਦੇ ਵਿੱਚ ਇਸ ਨੌਜਵਾਨ ਦੀ ਤੂਤੀ ਬੋਲਦੀ ਹੈ ਜਿਵੇਂ ਕਹਿ ਦਈਏ ਵੀ ਵੱਡਾ ਨਾਂ ਖੱਟਿਆ ਹਰ ਇੱਕ ਟੂਰਨਾਮੈਂਟ ਤੇ ਵੱਖਰੀ ਜੀ ਇਸ ਨੌਜਵਾਨ ਦੀ ਕਿਰਤ ਹੈ ਲਓ ਪ੍ਰੀਤ ਗਿਲਜੇ ਵਾਲੇ ਦਾ ਆ ਮੈਦਾਨ ਦੇ ਵਿੱਚ ਕਬੱਡੀ ਪਾਉਣ ਲੱਗਿਆ ਉਧਰਲੇ ਪਾਸੇ ਰਵੀ ਸਾਹੋਕਿਆਂ ਵਾਲੇ ਨੇ ਭਰ ਲਈ ਬਗਲ ਬਹਿ ਜਾ ਹੋ ਗਈ ਮਿੱਤਰੋ ਸਵਾਦ ਆਜੂਗਾ ਮੇਰੇ ਦਰਸ਼ਕ ਵੀਰੋ ਮਾਰੋ ਤਾੜੀ ਕੌਡੀ 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 ਆ ਨਹੀਂ ਰਿਸਾ ਖੇਡ ਕਬੱਡੀ ਮੁੜ ਤੋਂ ਹੀ ਜਿੰਦ ਜਾਨ ਪੰਜਾਬੀਆਂ ਦੀ ਇੱਕ ਪਾਸੇ ਪ੍ਰੀਤ ਲੈ ਵੀ ਰਵੀ ਦੇਖ ਸਾਹਮਣੇ ਪ੍ਰਧਾਨ ਸਾਹਿਬ ਵਾਹ ਵਾਹ ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕੰਮ ਕਰੇ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਬਿੱਟੂ ਪਹਿਲਾ ਮੈਚ ਦੋਦਾ ਤੇ ਸੁਰ ਸਿੰਘ ਵਾਲਾ ਆ ਮੁੰਡੇ ਦਾ ਜ਼ਿਲ੍ਹਾ ਪਟਿਆਲਾ ਇੱਕ ਪਾਸੇ ਨੌਜਵਾਨ ਧਿਆਨਾ ਥੂਈ ਪਿੰਡ ਵਾਲਾ ਨਹੀਂ ਜੱਫਾ ਲਾ ਸਕਿਆ ਖੇਡ ਮੈਦਾਨ ਦੇ ਵਿੱਚ ਲੱਖਾ ਸਰਾ ਨੌਜਵਾਨ ਪੁਆਇੰਟ ਲੈ ਕੇ ਵਾਪਸ ਪਹਿਲਾ ਮੈਚ ਭਲੂਰ ਵਰਸਜ ਪੰਜ ਗਰਾਈ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਇਹ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਜਿੱਥੇ ਵੀ ਵਾਸ ਹੁੰਦੀ ਹੈ ਲੱਗ ਜਾਣਾ ਪਤਾ ਤਿੰਨ ਮੁੰਡੇ ਖੜ ਗਏ ਹੈ ਇਧਰਲੇ ਪਾਸੇ ਹਰਮਨ ਖਾਰੇ ਵਾਲਾ ਵੀ ਨੌਜਵਾਨ ਤਿਆਰ ਹੈ ਲੈ ਵੀ ਕਲਿਆਣਾ ਵਾਲਿਆ ਟੁੱਟ ਕੇ ਪੈ ਗਿਆ ਬਰਾਬਰ ਦੀ ਭਾਜੀ ਮੁੜਨ ਵਾਲੀ ਗੱਲ ਹੈ ਦਰਸ਼ ਵੀਰੋ ਮੈਚ ਫਸ ਗਿਆ ਹੁਣ ਦੋਨੇ ਟੀਮਾਂ ਦਾ ਮੈਚ ਜਿਹੜਾ ਫਸ ਚੁੱਕਿਆ ਹੈ ਇਧਰਲੇ ਪਾਸੇ ਹਾਂ ਥੋੜੀ ਜਿਹੀ ਆਵਾਜ਼ ਜਿਹੜੀ ਹੈ ਉਹ ਸਾਡਾ ਚਹਿਣਾ ਸੁਖਚੈਨ ਸਾਊਂਡ ਬਹੁਤ ਪਿਆਰੀ ਸਾਊਂਡ ਹੈ ਆਵਾਜ਼ ਖੋਲਦੇ ਵੀ ਨੌਜਵਾਨਾਂ ਬਹੁਤ ਸੋਹਣੇ ਮੈਚ ਹੈ ਸੰਦੀਪ ਨੇ ਕਬੱਡੀ ਪਾਉਣੀ ਹੈ ਕੋਈ ਕਹਿੰਦਾ ਲਲੀਆਂ ਦਾ ਸੰਦੀਪ ਹੈ ਕੋਈ ਕਹਿੰਦਾ ਨੰਗਲੰਬੀਆਂ ਦਾ ਸੰਦੀਪ ਹੈ ਪਰ ਇਹ ਜ਼ਿਲ੍ਹੇ ਮੋਗੇ ਪਿੰਡ ਕਹਿੰਦੇ ਸਾਹੋਕਿਆਂ ਦਾ ਸੰਦੀਪ ਹੈ ਡਬਲ ਟੱਚ ਇਧਰੋਂ ਦਰਸ਼ਨ ਸਿੰਘ ਜੀ ਸਿੱਧੂ ਜੋਗਾਨੰਦ ਵਾਲੇ ਜ਼ਿਲ੍ਹੇ ਬਠਿੰਡੇ ਦੇ ਵਿੱਚ ਪੰਜਾਬ ਦੇ ਮਸ਼ਹੂਰ ਕਬੱਡੀ ਕੱਪਾਂ ਦੇ ਵਿੱਚ ਰੈਫਰੀ ਦੀਆਂ ਸਭਾਵਾਂ ਦਿੰਦੇ ਨੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਉੱਡਦਾ ਹੋਇਆ ਪਾਵੇ ਗੱਭਰੂਆ ਇਧਰਲੇ ਪਾਸੇ ਸਿੰਘ ਡਰਦੇ ਨੀ ਸਿੰਘ ਝੁਕਦੇ ਨੀ ਸਿੰਘ ਹਰਦੇ ਨੀ ਜਾ ਕੇ ਦੇਖ ਲਵੋ ਤਾਂ ਹੀ ਤਾਂ ਪੈਂਦੇ ਆ ਮੁੱਲ ਸਰਦਾਰਾਂ ਦੇ ਉਹ ਅਫਗਾਨਿਸਤਾਨ ਵਿੱਚ ਕੀਤੇ ਆ ਕਬਜ਼ੇ ਸਰਦਾਰਾਂ ਨੇ ਅਫਗਾਨਿਸਤਾਨ ਵਿੱਚ ਕੀਤੇ ਆ ਕਬਜ਼ੇ ਸਰਦਾਰਾਂ ਨੇ ਵਾਹੇ ਰਵੀ ਸਾਹੋਕਿਆਂ ਵਾਲਿਆ ਅੱਜ ਇਸ ਧਰਤੀ ਤੇ ਵੱਡੀਆਂ ਰੌਣਕਾਂ ਲੱਗੀਆਂ ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਪਹੁੰਚਣਾ ਮਹਾਨ ਕਬੱਡੀ ਨੂੰ ਮੇਰੇ ਵੀਰੇ ਵੱਡੀ ਤਰੀਜ ਦੇਣ ਵਾਲੇ ਲਓ ਥੂਈ ਵਾਲਾ ਪਟਿਆਲੇ ਵਾਲਾ ਕਿ ਮੁੰਡੇ ਮੁੱਛ ਪੁੱਛ ਗੱਭਰੂ ਨੇ ਸ਼ਹਿਰ ਪਟਿਆਲੇ ਦੇ ਸਿਰ ਵਟੇ ਸਿਰ ਨਹੀਂ ਵਟਾਉਂਦੇ ਸ਼ਹਿਰ ਪਟਿਆਲੇ ਦੇ ਉਧਰ ਗੁਰਜੀਤ ਸਾਡਾ ਵੀਰ ਨਾਲ ਬਿੱਟੂ ਤੇ ਹੈਪੀ ਨਾਲ ਗੁਰਪਿਆਰ ਸਾਡਾ ਵੀਰ ਸਾਬਕਾ ਸਰਪੰਚ ਹੈ ਨਾਲ ਗੁਰਬੰਸ਼ ਜੀ ਆਪਾਂ ਤੁਹਾਨੂੰ ਵਧਾਈਆਂ ਦਿੰਦੇ ਹਾਂ ਸਮੁੱਚੀ ਨਗਰ ਪੰਚਾਇਤ ਔਰ ਸਮੁੱਚੇ ਇਹਨਾਂ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਅੱਜ ਮਹਾਨ ਕਬੱਡੀ ਖੇਡ ਮੇਲਾ ਦੇਖ ਰਹੇ ਹਾਂ ਲੈ ਵੀ ਕਲਿਆਣਾ ਵਾਲਿਆ ਇੱਥੇ ਰੱਖ ਮੁੰਡੇ ਦੀ ਜੇ ਖੇਡ ਵਧੀਆ ਲੱਗ ਜਾਏ ਤਾਂ ਤਾੜੀ ਮਾਰੋ ਯਾਰ ਮੁੰਡੇ ਦੇ ਨਾਂ ਤੇ ਇਹ ਹੈ ਕਲਿਆਣ ਪਿੰਡ ਕਹਿੰਦੇ ਪੂਲੇ ਦੀ ਬੁੱਕਲ ਵਿੱਚ ਵਸਦਾ ਪਿੰਡ ਹੈ ਇਸ ਨੌਜਵਾਨ ਦਾ ਬਿਲਕੁਲ ਜ਼ਿਲ੍ਹੇ ਬਠਿੰਡੇ ਦਾ ਪੰਜ ਕਲਿਆਣਾ ਜਿਹੜੀਆਂ ਮਸ਼ਹੂਰ ਹੈ ਉਸੇ ਕਲਿਆਣਾ ਦਾ ਨੌਜਵਾਨ ਨਿੱਕੂ ਆ ਗਿਆ ਲੱਖਾ ਕੋਈ ਗਾਜੀਪੁਰ ਦੇ ਲੱਖੇ ਨੂੰ ਮਹਾਨ ਆਖਦਾ ਪਰ ਕੋਈ ਸਿੱਧਵਾਂ ਦੇ ਜੱਸੇ ਨੂੰ ਤੂਫਾਨ ਆਖਦਾ
सोनू ब्रह्म वाली ये दे फैन बड़े ने जो संदीप दे दीवाने ऐसे मैन बड़े ने लाओ लग जाने पता लख्या भज नौजवाना फड़ नौजवाना होगी बैजा 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 मित्रों बराबर दी भाजी मुड़ गई है मरोड़ता माघ दी गंदल वांगू दर्श वीरियो मारो ताड़ी यार मुंडे दे नाते जोर बहुत लग गया। और सुनिया अगली जड़ी टीम है जल्दी दे नाल खेड़ मैदान दे विच आ जावे दीवाने वर्सज विरोधी टीम कोर्ट सुखिए दा जिहड़ा अगला मैच खेड़ा जाना है दोनों टीमां दे खिडारी जिहड़े अपने आप नूं तैयारी दे विच रखण लो सिंह इज किंग श्री गुरु गोबिंद सिंह दा खालसा मेरे वीरियो और कल्याणा वाला मारी जदों छाल ला के जोर पट्टा नाल अख दी झमक च कमाल जिहा हो गया। हाँ कोट सुखिया वर्सज दीवाने जल्दी दे नाल खेड़ मैदान दे विच आ जाण कोट सुखिया वर्सज दीवानियां दी जिहड़ी टीम है ਉਹ ਗਰਾਊਂਡ ਦੇ ਵਿੱਚ ਆ ਜਾਵੇ। ਆ ਗਿਆ ਸੰਦੀਪ ਸਾਹੋ ਵਾਲਾ ਆ ਸੰਦੀਪ ਨੇ ਕਬੱਡੀ ਪਾ ਦਿੱਤੀ ਹੈ ਕੋਈ ਮਾਈ ਦਾ ਲਾਲ ਜਿਹੜਾ ਆ ਨੌਜਵਾਨ ਨੂੰ ਰੋਕ ਕੇ ਦਿਖਾਊ ਲੈ ਵੀ ਥੂਈ ਵਾਲਿਆ ਤੇਰੇ ਜਿਹੜੇ ਦੋ ਟੱਚ ਹੋ ਗਏ ਨੇ ਲਾ ਦੇ ਜੱਫਾ ਕਰਾ ਦੇ ਧੰਨ ਧੰਨ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣੀਆਂ ਉਧਰ ਪੈ ਗਿਆ ਪੇਚਾ ਕਬੱਡੀ 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 ਪੁਆਇੰਟ ਪੁਆਇੰਟ ਰੇਡਰ ਦਾ ਦੀਵਾਨੇ ਵਰਸਿਜ ਕੋਰ ਸੁਖੀਏ ਨੂੰ ਇੱਕ ਮਿੰਟ ਦਾ ਟਾਈਮ ਹੈ ਉਹਤੋਂ ਬਾਅਦ ਟੀਮ ਸਗਰਾਜ ਕਰ ਦੇਵਾਂਗੇ। ਦੀਵਾਨੇ ਵਰਸਿਜ ਕੋਟ ਸੁਖੀ ਆ ਜੇਕਰ ਦਰਸ਼ ਵੀਰੋ ਮੈਚ ਵਧੀਆ ਲੱਗਿਆ ਤਾਂ ਜ਼ੋਰਦਾਰ ਤਾੜੀ ਮਾਰ ਦਿਓ। ਇਸ ਮੈਚ ਦੇ ਵਿੱਚੋਂ ਰਾਮਸਰ ਖਾਰੇ ਦੀ ਜਿਹੜੀ ਟੀਮ ਹੈ ਉਹ ਜੇਤੂ ਰਹੀ ਹੈ ਰਾਮਸਰ ਖਾਰੇ ਦੀ ਟੀਮ ਜਿਹੜੀ ਹੈ ਉਹ ਜੇਤੂ ਰਹੀ ਹੈ। ਦੀਵਾਨੇ ਤੇ ਕੋਟ ਸੁਖੀ ਆ ਜਿੱਥੇ ਵੀ ਆਵਾਜ਼ ਸੁਣਦੀਆਂ ਟੀਮਾਂ ਹੱਥ ਖੜਾ ਕਰ ਦੇਣ। ਦੀਵਾਨੇ ਵਰਸਿਜ ਕੋਟ ਸੁਖੀ ਨੂੰ ਇੱਕ ਮਿੰਟ ਦਾ ਟਾਈਮ ਹੈ। ਅੱਜ ਮੁਬਾਰਕਬਾਦ ਹੈ ਅਮਨਦੀਪ ਸਿੰਘ ਜਿੱਥੇ ਵੱਡੀਆਂ ਰੌਣਕਾਂ ਹਾਜ਼ਰੀ ਕਬੂਲ ਕਰਨੀ ਹੈ ਪਰਮਾਤਮਾ ਨੇ ਸਾਰੀਆਂ ਸੰਗਤਾਂ ਦੀ। ਭਲੂਰ ਤੇ ਪੰਜ ਗਰਾਈ ਟੱਲੇ ਕੇ ਵਰਸਿਜ ਘੋਲੀਆ ਇਹ ਜਿੱਥੇ ਵੀ ਟੀਮਾਂ ਆਵਾਜ਼ ਸੁਣਦੀਆਂ ਓਪਨ ਦੇ ਪਹਿਲੇ ਮੈਚ ਦੇ ਲਈ ਖੇਡ ਮੈਦਾਨ ਦੇ ਵਿੱਚ ਆ ਜਾਣ। ਪਹਿਲਾ ਮੈਚ ਟੱਲੇ ਕੇ ਵਰਸਿਜ ਘੋਲੀਆ ਖੁਰਦ ਓਪਨ ਦਾ ਪਹਿਲਾ ਮੈਚ ਹੈ। ਦੂਸਰਾ ਮੈਚ ਤਲਵੰਡੀ ਭਾਈ ਤੇ ਹਰੀ ਕੇ ਕਲਾਂ। ਤੀਸਰਾ ਮੈਚ ਲੰਡੇ ਵਰਸਿਜ ਕੋਟ ਕਰੋੜ। ਕਿਸੇ ਦਾ ਕੋਈ ਵੀ ਜਿਹੜਾ ਇੰਤਜ਼ਾਰ ਜਾਂ ਅੱਗੇ ਪਿੱਛੇ ਮੈਚ ਨਹੀਂ ਕੀਤਾ ਜਾਣ। ਇਹ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਆ ਜਾਣ। ਦੀਵਾਨਿਆਂ ਦੀ ਟੀਮ ਦੀਵਾਨੇ ਪਿੰਡ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਵੇ। ਕੋਟ ਸੁਖੀ ਆ ਵਰਸਿਜ ਦੀਵਾਨੇ ਇਹ ਦੋਵੇਂ ਟੀਮਾਂ ਦੇ ਖਿਡਾਰੀ ਜਿਹੜੇ ਹੈ ਗਰਾਊਂਡ ਦੇ ਵਿੱਚ ਆ ਜਾਣ। ਪਿਛਲੇ ਮੈਚ ਦੇ ਵਿੱਚੋਂ ਖਾਰੇ ਦੀ ਟੀਮ ਜਿਹੜੀ ਹੈ ਉਹ ਜੇਤੂ ਹੈ। ਬਾਈ ਨਾ ਪੁਆਇੰਟ ਦੱਸਦੇ ਦਰਸ਼ਕਾਂ ਦੀ ਮੰਗ ਹੈ ਵੀ ਕਿੰਨੇ ਪੁਆਇੰਟਾਂ ਤੇ ਜਿੱਤ ਹਾਰ ਹੋਈ ਹੈ। ਸਾਢੇ ਪੰਜ ਪੁਆਇੰਟ ਗਿਲਜੇ ਵਾਲੇ ਦੇ ਰਹੇ ਔਰ ਖਾਰੇ ਦੇ ਪੁਆਇੰਟ ਰਹੇ ਸੀ 11। ਇਹਦੇ ਵਿੱਚੋਂ ਖਾਰੇ ਦੀ ਜਿਹੜੀ ਟੀਮ ਹੈ ਉਹ ਜੇਤੂ ਰਹੀ ਹੈ। ਦੀਵਾਨੇ ਵਰਸਿਜ ਵਿਰੋਧੀ ਟੀਮ ਗਰਾਊਂਡ ਦੇ ਵਿੱਚ ਪੁੱਜ ਜਾਵੇ ਜਲਦੀ ਦੇ ਨਾਲ। ਕੋਟ ਸੁਖੀਆ ਬਿੱਟੂ ਕੋਟ ਸੁਖੀਏ ਵਾਲਾ ਸਾਡਾ ਵੀਰ ਜਲਦੀ ਗਰਾਊਂਡ ਦੇ ਵਿੱਚ ਆਪਣੀ ਟੀਮ ਨੂੰ ਲੈ ਕੇ ਪੁੱਜ ਜਾਵੇ ਜਿੱਥੇ ਅੱਜ ਖੇਡ ਪ੍ਰਮੋਟਰਾਂ ਦੀ ਵੱਡੀ ਮੇਰੇ ਵੀਰੋ ਦੇਣ ਹੈ। ਕਮਿਕਰ ਔਗੜ ਨਾਲ ਬਾਈ ਕਿਰਨਜੀਤ ਸਿੰਘ ਮਿੰਟੂ ਬੀਲਾ ਵੱਡੀ ਦੇਣ ਹੈ ਸਾਡੇ ਵੀਰਾਂ ਦੀ। ਨਾਲ ਦੀ ਨਾਲ ਟੀਮਾਂ ਗਰਾਊਂਡ ਦੇ ਵਿੱਚ ਆਓ। ਜਿਹੜੀ ਟੀਮ ਸਮੇਂ ਤੇ ਨਹੀਂ ਆਉਂਦੀ ਉਹ ਸਗਰਾਜ ਕਰ ਦੇਣੀ ਹੈ। ਕੋਟ ਸੁਖੀਆ ਵਰਸਿਜ ਦੀਵਾਨੇ ਕੋਟ ਸੁਖੀਆ ਵਰਸਿਜ ਦੀਵਾਨਿਆਂ ਨੂੰ ਇੱਕ ਮਿੰਟ ਦਾ ਟਾਈਮ ਹੈ ਜੀ। ਘੋਲੀਆ ਖੁਰਦ ਵਰਸਿਜ ਵਿਰੋਧੀ ਟੀਮ ਓਪਨ ਦੇ ਪਹਿਲੇ ਮੈਚ ਦੇ ਵਾਸਤੇ ਹਾਂ ਦੋਨੇ ਟੀਮਾਂ ਨੂੰ ਇੱਕ ਮਿੰਟ ਆ ਯਾਰ। ਦੀਵਾਨਿਆਂ ਦੀ ਟੀਮ ਆਉਂਦੀ ਤਾਂ ਹੱਥ ਖੜਾ ਕਰ ਦੇਵੇ। ਦੀਵਾਨੇ ਉਹ ਦੀਵਾਨਿਆਂ ਵਾਲੇ ਉਹ ਜੱਗੇ ਗਰਾਊਂਡ ਵਿੱਚ ਜਲਦੀ ਆਓ ਯਾਰ। ਦੀਵਾਨੇ ਵਰਸਿਜ ਕੋਟ ਸੁਖੀਆ ਟੱਲੇ ਕੇ ਤੇ ਘੋਲੀਆ ਖੁਰਦ ਓਪਨ ਦਾ ਪਹਿਲਾ ਮੈਚ। ਟੱਲੇ ਕੇ ਵਰਸਿਜ ਘੋਲੀਆ ਖੁਰਦ ਤਲਵੰਡੀ ਭਾਈ ਤੇ ਹਰੀ ਕੇ ਕਲਾ। ਲੰਡੇ ਤੇ ਕੋਟ ਕਰੋੜ ਘੜਕਾ ਵਰਸ ਜੰਡਾ ਵਾਲਾ ਫਿੰਜੂਗਾ ਸਾਹਿਤੋ ਕੇ ਤੇ ਇੰਦਗੜ ਬਾਬਾ ਰੁਖੜਦਾਸ ਕਲੱਬ ਭਲੂਰ ਤੇ ਲੰਘੇ ਆਣਾ। ਮਾਈ ਗੋ ਟੂ ਸਟੇਜ ਕਾਕਾ ਗੁੱਗੀ ਮਚਾਕੀ ਮਾਲ ਸਿੰਘ ਤੋਂ ਟੂਰਨਾਮੈਂਟ ਕਰਨ ਵਾਸਤੇ 1000 ਰੁਪਏ ਮਾਈਕ ਸੇ ਦਾ
ਭੇਜਦੇ ਨੇ ਸੋ ਬਾਬਾ ਫਕਰ ਜੀ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਹਰਮਦਾਨ ਫਤਿਹ ਬਖਸ਼ਿਸ਼ ਕਰਨ ਔਰ ਟੂ ਗਰਾਊਂਡ ਜੀ ਹਾਂਜੀ ਬੇਨਤੀ ਹੈ ਕੋਣ ਸੁਖੀਏ ਤੇ ਬਾਕੀ ਖਿਡਾਰੀ ਖੇਡ ਮੈਦਾਨ ਦੇ ਵਿੱਚ ਆ ਜਾਣ ਨਾਲ ਹੀ ਦੀਵਾਨੇ ਦੀਵਾਨਿਆਂ ਦੀ ਟੀਮ ਇੱਕ ਮਿੰਟ ਤੋਂ ਪਹਿਲਾਂ ਪਹਿਲਾਂ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਵੇ ਅੱਜ ਓਪਨ ਭਾਰਤ ਦੇ ਬੈਸਟ ਸਟੇਟ ਤੇ ਜਾਫੀਆਂ ਦੇ ਲਈ ਮਾਨ ਸਨਮਾਨ ਦਿੱਤੇ ਜਾਣੇ ਹੈ ਪਹਿਲਾ ਪ੍ਰਾਈਜ 81,000 ਔਰ ਦੂਸਰਾ ਪ੍ਰਾਈਜ 71,000 ਨਾਲ ਸਪਲੈਂਡਰ ਮੋਟਰਸਾਈਕਲ ਬੈਸਟ ਸਟੇਟਰ ਔਰ ਬੈਸਟ ਜਾਫੀ ਦੇ ਲਈ ਵੱਡੇ ਮਾਣ ਵਾਲੀ ਗੱਲ ਹੈ ਪੰਜਾਬ ਦੀ ਪੂਰੀ ਕਰੀਮ ਆਈ ਹੋਈ ਹੈ ਅੱਜ ਵੇਖਣਾ ਵੀ ਕਿਹੜੀ ਟੀਮ ਦੇ ਹਿੱਸੇ ਦੇ ਵਿੱਚ ਪਹਿਲਾ ਪ੍ਰਾਈਜ ਔਰ ਕਿਹੜੀ ਟੀਮ ਦੇ ਹਿੱਸੇ ਦੇ ਵਿੱਚ ਦੂਸਰਾ ਪ੍ਰਾਈਜ ਤੇ ਨਾਲ ਮੋਟਰਸਾਈਕਲ ਕਿਹਨਾਂ ਦੇ ਘਰ ਦਾ ਸ਼ਿੰਗਾਰ ਬਣਦੇ ਨੇ ਦੀਵਾਨੇ ਤੇ ਕੋਟ ਸੁਖੀ ਨੂੰ ਇੱਕ ਮਿੰਟ ਦਾ ਟਾਈਮ ਹੈ ਢੱਲੇ ਕੇ ਤੇ ਘੋਲੀਆ ਖੁਰਦ ਢੱਲੇ ਕੇ ਵਰਸਜ ਘੋਲੀਆ ਖੁਰਦ ਤਲਵੰਡੀ ਭਾਈ ਤੇ ਹਰੀ ਕੇ ਕਲਾਂ ਲੰਡੇ ਤੇ ਕੋਟ ਕਰੋੜ ਕੜਕਾ ਵਰਸ ਜੰਡਾ ਵਾਲਾ ਫਿੰਜੂਕਾ ਸੈਦੋ ਕੇ ਤੇ ਇੰਦਗੜ ਬਾਬਾ ਰੁਖੜਦਾਸ ਕਲੱਬ ਭਲੂਰ ਤੇ ਲੰਗੇਆਣਾ ਇਹ ਬਾਈ ਸਾਰੀਆਂ ਟੀਮਾਂ ਓਪਨ ਭਾਰਤ ਦੀਆਂ ਆਪਣੀ ਤਿਆਰੀ ਖਿੱਚ ਲੈਣ ਵੱਖੋ ਵੱਖਰੇ ਜਿਹੜੇ ਮੈਚ ਦਿਖਾਏ ਜਾਣਗੇ ਦਰਸ਼ਕਵੀਰ ਦੀਵਾਨੇ ਵਰਸਜ ਕੋਟ ਸੁਖੀਆ ਢੱਲੇ ਕੇ ਤੇ ਘੋਲੀਆ ਖੁਰਦ ਗਰਾਊਂਡ ਦੇ ਵਿੱਚ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਪਹਿਲਾ ਮੈਚ ਕਬੱਡੀ ਓਪਨ ਦਾ ਕੋਟ ਸੁਖੀਆ ਦੀ ਟੀਮ ਗਰਾਊਂਡ ਦੇ ਵਿੱਚ ਵੱਧ ਰਹੀ ਹੈ ਦੀਵਾਨੇ ਦੀਵਾਨਿਆਂ ਦੀ ਟੀਮ ਖੇਡ ਮੈਦਾਨ ਦੇ ਵਿੱਚ ਜਲਦੀ ਪਹੁੰਚ ਜਾਵੇ ਦੀਵਾਨੇ ਇੱਕ ਮਿੰਟ ਦਾ ਟਾਈਮ ਹੈ ਦੀਵਾਨਿਆਂ ਨੂੰ ਆਪਾਂ ਬੇਨਤੀ ਕਰਦੇ ਹਾਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ ਦੀਵਾਨੇ ਵਰਸਜ ਕੋਟ ਸੁਖੀਆ ਦਾ ਕਬੱਡੀ ਕਬੱਡੀ 75 ਕਿਲੋ ਦਾ ਹੁਣ ਜਿਹੜਾ ਮੈਚ ਖੇਡਿਆ ਜਾਣਾ ਹੈ ਕੋਟ ਸੁਖੀਆ ਵਰਸਜ ਦੀਵਾਨਿਆਂ ਦੇ ਦਰਮਿਆਨ ਢੱਲੇ ਕੇ ਤੇ ਘੋਲੀਆ ਖੁਰਦ ਨਾਲ ਹੀ ਤਲਵੰਡੀ ਭਾਈ ਵਰਸਜ ਹਰੀ ਕੇ ਕਲਾਂ ਲੰਡੇ ਤੇ ਕੋਟ ਕਰੋੜ ਕੜਕਾ ਵਰਸਜ ਜੰਡਾ ਵਾਲਾ ਫਿੰਜੂਕਾ ਨਾਲ ਹੀ ਬੇਨਤੀ ਕਰਾਂਗੇ ਸੈਦੋ ਕੇ ਵਰਸਜ ਇੰਦਗੜ ਬਾਬਾ ਰੁਖੜਦਾਸ ਕਬੱਡੀ ਕਲੱਬ ਭਲੂਰ ਵਰਸਜ ਯਾਰ ਦੀਵਾਨਿਆਂ ਦੀ ਟੀਮ ਜੇਕਰ ਨਹੀਂ ਆਉਂਦੀ ਅਸੀਂ ਸਕ੍ਰੈਚ ਕਰਨ ਲੱਗੇ ਹਾਂ ਦੀਵਾਨੇ ਦੀਵਾਨਿਆਂ ਦੀ ਟੀਮ ਨੂੰ ਇੱਕ ਮਿੰਟ ਦਾ ਟਾਈਮ ਹੈ ਦੀਵਾਨਿਆਂ ਦੀ ਟੀਮ ਨੂੰ ਇੱਕ ਮਿੰਟ ਦਾ ਟਾਈਮ ਹੈ ਦਰਸ਼ਵੀਰ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਦੀਵਾਨਿਆਂ ਦੀ ਟੀਮ ਜੱਗਾ ਦੀਵਾਨਿਆਂ ਵਾਲਾ ਗਰਾਊਂਡ ਦੇ ਵਿੱਚ ਆ ਜਾਵੇ ਜਿੱਥੇ ਵੀ ਆਵਾਜ਼ ਨੂੰ ਸੁਣਦਾ ਹੈ ਜੱਗਾ ਦੀਵਾਨਿਆਂ ਵਾਲਾ ਆਪਣੀ ਟੀਮ ਨੂੰ ਲੈ ਕੇ ਗਰਾਊਂਡ ਵਿੱਚ ਪੁੱਜ ਜਾਵੇ ਢੱਲੇ ਕੇ ਵਰਸ ਚ ਘੋਲੀਆਂ ਖੁਰਦ ਇਹ ਟੀਮਾਂ ਦੇ ਖਿਡਾਰੀਆਂ ਨੂੰ ਆਪਾਂ ਖੁੱਲ੍ਹਾ ਸੱਦਾ ਦਿੱਤਾ ਹੈ ਹੁਣ ਜਿਹੜਾ ਮੈਚ ਦਰਸ਼ਕ ਵੀਰੋ ਸ਼ੁਰੂ ਹੋਣ ਲੱਗਿਆ ਇੱਕ ਪਾਸੇ ਦੀਵਾਨਿਆਂ ਦੀ ਟੀਮ ਔਰ ਕੋਟ ਸੁਖੀਆ ਇਹ ਦੋਨੇ ਟੀਮਾਂ ਦਾ ਬਹੁਤ ਵਧੀਆ ਮੈਚ ਕੁੰਡੀਆਂ ਦੇ ਸਿੰਘ ਫਸਣ ਤੋਂ ਵੱਡੀ ਗੱਲ ਹੈ ਆਓ ਦੇਖੀਏ ਵੀ ਅੱਜ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣੀਆਂ 75 ਕਿਲੋ ਭਾਰ ਦੇ ਬੈਸਟ ਰੇਡਰ ਔਰ ਜਾਫੀ ਨੂੰ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਦਿੱਤੀਆਂ ਜਾਣੀਆਂ ਵੱਡਾ ਉਪਰਾਲਾ ਸਾਡੀ ਸਮੁੱਚੀ ਨਗਰ ਪੰਚਾਇਤ ਦਾ ਔਰ ਸਾਡੇ ਇਹਨਾਂ ਦੇ ਵੀਰਾਂ ਦਾ ਉਧਰ ਸਾਡੇ ਸੀਆਈਡੀ ਤੋਂ ਵਿਸ਼ੇਸ਼ ਤੌਰ ਤੇ ਸੁਖਮੰਦਰ ਸਰਾਵਾਂ ਜੀ ਉਹਨਾਂ ਦੇ ਨਾਲ ਕੌਰ ਸਿੰਘ ਜੀ ਤੇ ਗੌਹਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਆਪਾਂ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਸਾਡੇ ਜ਼ਿੰਦਗੀ ਦੇ ਪਰਮਿੱਤਰ ਉਧਰ ਕਮਿਕਰ ਔਗੜ ਨਾਲ ਕਹਿੰਦੇ ਬਿੱਲਾ ਸਾਡਾ ਵੀਰ ਉੱਥੇ ਮਿੰਟੂ ਬਿੱਲਾ ਜੀ ਹਰਜੀਤ ਫਰੈਂਡਸ ਕਬੱਡੀ ਕਲੱਬ ਦੇ ਜਿਹੜੇ ਚੇਅਰਮੈਨ ਹੈ ਖੇਡ ਪ੍ਰਮੋਟਰਾਂ ਦੀ ਦੁਨੀਆਂ ਦੇ ਵਿੱਚ ਵੱਡਾ ਨਾਂ ਹੈ ਆਪਾਂ ਧੰਨਵਾਦ ਕਰਦੇ ਹਾਂ ਨਿਸ਼ਾਨ ਭੰਮੀਪੁਰਾ ਔਰ ਨਾਲ ਹੀ ਕਹਿੰਦੇ ਮੱਖਣ ਡੀ ਪੀ ਜੀ ਔਰ ਨਾਲ ਸਾਡੇ ਚੈਨਾ ਸਿਦਮਾ ਜੀ ਵਿਸ਼ੇਸ਼ ਤੌਰ ਤੇ ਵੱਡਾ ਯੋਗਦਾਨ ਹੈ ਜਿਨ੍ਹਾਂ ਦਾ ਅੱਜ ਇਸ ਧਰਤੀ ਤੇ ਮਾਨ ਸਨਮਾਨ ਵੀ ਕੀਤਾ ਜਾਣਾ ਹੈ ਆਪਾਂ ਧੰਨਵਾਦ ਕਰਦੇ ਹਾਂ ਸਾਡੇ ਖੇਡ ਪ੍ਰਮੋਟਰਾਂ ਦਾ ਇਹਨਾਂ ਦੇ ਵੀਰ ਕਹਿੰਦੇ ਸਭ ਤੋਂ ਵੱਧ ਫੰਡ ਪਾਉਣ ਵਾਲੇ ਦਿਓਲ ਪਰਿਵਾਰ ਦੇ ਜਿੰਨੇ ਵੀ ਵੀਰ ਹੈ ਕੋਈ ਹਾਂਗਕਾਂਗ ਦੇ ਵਿੱਚ ਬੈਠਾ ਹੈ ਕੋਈ ਇੰਗਲੈਂਡ ਦੇ ਵਿੱਚ ਬੈਠਾ ਹੈ ਕੋਈ ਮੇਰੇ ਵੀਰਿਓ
ਵਿਸ਼ੇ ਤੌਰ ਤੇ ਕਹਿੰਦੇ ਯੂਐਸਏ ਦੇ ਵਿੱਚ ਬੈਠਾ ਹੈ ਔਰ ਧੰਨਵਾਦ ਕਰਦੇ ਆ ਸਾਡੇ ਸਾਹਿਬ ਸਿੰਘ ਜੀ ਦਿਓਲ ਸਾਹਿਬ ਜਿਨ੍ਹਾਂ ਦੇ ਵੱਲੋਂ ਜਲੇਬੀਆਂ ਦਾ ਜਿਹੜਾ ਲੰਗਰ ਫਰੀ ਅੱਜ ਜਿਹੜਾ ਲਾਇਆ ਜਾ ਰਿਹਾ ਧੰਨਵਾਦ ਆ ਉਸ ਪਰਿਵਾਰ ਦਾ ਸਭ ਤੋਂ ਵੱਡੀ ਸੇਵਾ ਜਿਹੜੀ ਲੰਗਰ ਦੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਹਾਂਜੀ ਅਫੀਸ਼ਲਾਂ ਦੇ ਵਿੱਚ ਹਰੀਕਿਆਂ ਵਾਲਾ ਸਾਡਾ ਵੀਰ ਵਿਸ਼ੇ ਤੌਰ ਤੇ ਜਿੱਥੇ ਫਿੱਡੇ ਕਲਾਂ ਤੋਂ ਰਣਜੀਤ ਤੇ ਜੀਤ ਨਾਲ ਸਰਦਾਰਗੜ੍ਹ ਤੋਂ ਦਰਸ਼ਨ ਜੀ ਉੱਥੇ ਸਾਡੇ ਵੀਰ ਜੋਗਨੰਦ ਜੀ ਦਰਸ਼ਨ ਸਿੱਧੂ ਜੀ ਸਰਪੰਚ ਜੀ ਰੋੜੀ ਵਾਲੇ ਇਹਨਾਂ ਦਾ ਵੀ ਧੰਨਵਾਦ ਹੈ ਔਰ ਸਾਡੇ ਕਮੈਂਡੇਟਰਾਂ ਦੇ ਵਿੱਚ ਜ਼ਿਲ੍ਹੇ ਲੁਧਿਆਣੇ ਤੋਂ ਕਹਿੰਦੇ ਲਾਲਤੋ ਪਿੰਡ ਵਾਲਾ ਬਿੱਲਾ ਪੁੱਜਿਆ ਉੱਥੇ ਨਾਲ ਕਹਿੰਦੇ ਦਲਜੀਤ ਰਾਏਕਿਆਂ ਵਾਲਾ ਅੱਜ ਇਸ ਟੂਰਨਾਮੈਂਟ ਦਾ ਸਿੱਧਾ ਲਾਈਵ ਮੇਰੇ ਵੀਰੋ 365 kabaddi.com ਤੇ ਦਿਖਾਇਆ ਜਾ ਰਿਹਾ ਹੈ ਗੁਰਬੰਸ ਸਰਬੰਸ ਸਾਹਿਬ ਮੁਬਾਰਕਬਾਦ ਹੈ ਉਧਰ ਸੇਵਕ ਵਰਗੇ ਸਾਡੇ ਵੀਰ ਵੱਡੀ ਦੇਣ ਹੈ ਨਾਲ ਹੀ 365 kabaddi.com ਤੇ ਪੂਰੇ ਵਰਲਡ ਦੇ ਵਿੱਚ ਅੱਜ 44ਵਾਂ ਮਹਾਨ ਕੁੰਭ ਮੇਰੇ ਵੀਰੋ ਦਿਖਾਇਆ ਜਾ ਰਿਹਾ ਹੈ ਇਹਨਾਂ ਦੇ ਵੀਰਾਂ ਦੀ ਦੇਣ ਹੈ ਮਾਂ ਖੇਡ ਕਬੱਡੀ ਨੂੰ ਲਓ ਇੱਕ ਪਾਸੇ ਮੈਚ ਜਿਹੜਾ ਸ਼ੁਰੂ ਹੋਣ ਲੱਗਿਆ ਕਬੱਡੀ 75 ਕਿਲੋ ਭਾਰ ਦਾ ਉਹ ਤੋਂ ਬਾਅਦ ਓਪਨ ਦੀਆਂ ਟੀਮਾਂ ਦਾ ਪਹਿਲਾ ਜਿਹੜਾ ਮੈਚ ਹੈ ਧੱਲੇ ਕੇ ਤੇ ਘੋਲੀਆ ਖੁਰਦ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਆ ਜਾਣ ਦੋਨੇ ਟੀਮਾਂ ਦੇ ਖਿਡਾਰੀ ਆਪਾਂ ਸੱਦਾ ਪੱਤਰ ਦੇਵਾਂਗੇ ਜਸਵਿੰਦਰ ਜੀ ਪੁੱਜੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਲਓ ਇੱਕ ਪਾਸੇ ਕਹਿੰਦੇ ਦੀਵਾਨੇ ਪਿੰਡ ਦੀ ਟੀਮ ਹੈ ਵਿਸ਼ੇ ਤੌਰ ਤੇ ਕੋਟਕਪੂਰੇ ਵਾਲੇ ਪਾਸੇ ਚਲੀ ਗਈ ਹੈ ਔਰ ਇਧਰਲੇ ਹੱਥ ਕਹਿੰਦੇ ਜ਼ਿਲ੍ਹੇ ਮੋਗੇ ਦਾ ਪਿੰਡ ਕੋੜ ਸੁਖੀਆ ਜਿੱਥੇ ਮਹਾਂਪੁਰਸ਼ਾਂ ਦੀ ਵੱਡੀ ਦੇਣ ਹੈ ਮੇਰੇ ਵੀਰਿਓ ਕੋੜ ਸੁਖੀਆ ਵਾਲੇ ਮਹਾਂਪੁਰਸ਼ਾਂ ਦੀ ਵੱਡੀ ਦੇਣ ਹੈ ਆਓ ਇਧਰਲੇ ਹੱਥ ਕਹਿੰਦੇ ਸੋ ਕੋਈ ਗੱਲ ਨੀ ਯਾਰ ਮੇਲੇ ਦੇ ਤਿੰਨ ਕੰਮ ਪੱਕੇ ਧੁੱਪ ਧੂੜ ਤੇ ਧੱਕੇ ਡਾਕਟਰ ਸਾਹਿਬ ਗਰਾਊਂਡ ਦੇ ਵਿੱਚ ਉਧਰ ਪਹੁੰਚ ਜਾਵੇ ਦਰਸ਼ਕ ਸਾਡੇ ਵੀਰ ਇਧਰ ਲੱਕੀ ਡਰਾ ਜਿਹੜੇ ਕੱਢੇ ਜਾਣਗੇ ਸਾਈਕਲ ਪਹਿਲਾ ਪ੍ਰਾਈਜ ਔਰ ਮੋਬਾਈਲ ਜਿਹੜਾ ਦੂਸਰਾ ਪ੍ਰਾਈਜ ਲੱਕੀ ਡਰਾ ਕੱਢੇ ਜਾਣੇ ਹੈ ਸਾਡਾ ਵੀਰ 50 ਰੁਪਏ ਪਰਚੀ ਇਧਰ ਗੇੜਾ ਲਾ ਰਹੇ ਨੇ ਜਿਨ੍ਹਾਂ ਨੇ ਵੀ ਉਹ ਲੱਕੀ ਡਰਾ ਪਾਉਣੇ ਹੈ ਆਪਣੀ ਪਰਚੀ ਜਿਹੜੀ ਜ਼ਰੂਰ ਕਟਾ ਲੈਣ ਇਧਰ ਪਹਿਲੀ ਕਬੱਡੀ ਕਹਿੰਦੇ ਕੈਨੇਡਾ ਦੀਆਂ ਧਰਤੀਆਂ ਤੇ ਕਬੱਡੀ ਮੇਰੇ ਵੀਰੋ ਕੈਨੇਡਾ ਦੇ ਵੱਖੋ ਵੱਖ ਸ਼ਹਿਰਾਂ ਦੇ ਵਿੱਚ ਪਾਉਣ ਵਾਲਾ ਆਹ ਨੌਜਵਾਨ ਬਿਆਨਤ ਰਾਉਕਿਆਂ ਵਾਲਾ ਅੱਜ ਕਹਿੰਦੇ ਦੀਵਾਨਿਆਂ ਦਾ ਪੁੱਤ ਬਣ ਕੇ ਖੇਡਦਾ ਉਧਰ ਕਹਿੰਦੇ ਕੋੜ ਸੁਖੀਏ ਵਾਲਾ ਨੌਜਵਾਨ ਹੈ ਸਿੰਘ ਜੀ ਕਿੰਗ ਅਰਸ਼ ਵਰਸ਼ ਪਚਾ ਦੇ ਜੇ ਮਿਹਰ ਕਰੇ ਮੇਰੇ ਸਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆਂ ਚੱਲੋ ਇਹ ਨੌਜਵਾਨ ਇਸ ਵੇਲੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਕੋਟ ਸੁਖੀਆ ਵਾਲਾ ਹਰਦੀਪ ਸਿੰਘ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਸੰਗਤ ਵਾਲਾ ਸ਼ੇਰਾ ਵੀ ਪੁੱਜਿਆ ਕਹਿੰਦੇ ਕਰੰਟ ਲੱਗਣ ਦੇ ਕਾਰਨ ਇਸ ਨੌਜਵਾਨ ਦੀਆਂ ਦੋਨੋਂ ਬਾਹਾਂ ਕੱਟੀਆਂ ਗਈਆਂ ਔਰ ਪ੍ਰਮਾਤਮਾ ਦੀ ਕਰੋਪੀ ਦਾ ਸ਼ਿਕਾਰ ਹੈ ਤੁਹਾਡੀ ਕਚਹਿਰੀ ਵਿੱਚ ਦਰਸ਼ਕ ਵੀਰੋ ਇਹ ਚੱਕਰ ਲਾਵੇਗਾ ਇਹਦਾ ਵੱਡਾ ਮਾਨ ਸਨਮਾਨ ਕਰਿਓ ਭਾਵੇਂ 5-5 ਰੁਪਈਏ ਦੇ ਦਿਓ ਦਿਓ ਜ਼ਰੂਰ ਇੱਕ ਜ਼ੋਰਦਾਰ ਤਾੜੀ ਇਸ ਮੁੰਡੇ ਦੇ ਨਾਂ ਤੇ ਮਾਰ ਦਿਓ ਕਿ ਭੱਜੀ ਫਿਰਦੀ ਹੈ ਰੋਟੀ ਦੇ ਮਗਰ ਦੁਨੀਆ ਸੁਬਹ ਸ਼ਾਮ ਦੁਪਹਿਰ ਨੂੰ ਖਾਈ ਰੋਟੀ ਉਧਰਲੇ ਪਾਸੇ ਪੁਆਇੰਟ ਕਹਿੰਦੇ ਰੇਡਰ ਦਾ ਚੱਲ ਓਏ ਦੀਵਾਨਿਆਂ ਵਾਲਿਆ ਆਹ ਮੁੰਡੇ ਨੂੰ ਜੱਗਾ ਕਹਿੰਦੇ ਹੈ ਧਰਤੀ ਮਾਂ ਨੂੰ ਮੱਥਾ ਟੇਕਿਆ ਇਸ ਵੇਲੇ ਲਈ ਹੈ ਸੂਰਜ ਦੇਵਤਾ ਤੋਂ ਸ਼ਕਤੀ ਉਧਰ ਚਾਰ ਜਾਫੀ ਇਧਰਲੇ ਪਾਸੇ ਕਹਿੰਦੇ ਨੌਜਵਾਨ ਪੂਰੀ ਤਿਆਰੀ ਦੇ ਵਿੱਚ ਹੈ ਉਧਰ ਸ਼ੇਰਾ ਵੀ ਗੇੜਾ ਪੂਰਾ ਕਰਦਾ ਲੈ ਵੀ ਨੌਜਵਾਨਾਂ ਫਿੱਡੇ ਕਲਾਂ ਵਾਲਿਆ ਪੈ ਗਿਆ ਪੰਗਾ ਇੱਕ ਪਾਸੇ ਨੌਜਵਾਨ ਕੋੜ ਸੁਖੀਆ ਵਾਲਾ ਮੇਰੇ ਵੀਰਿਓ ਔਰ ਦੂਸਰੇ ਪਾਸੇ ਆ ਜੱਗਾ ਦੀਵਾਨਿਆਂ ਵਾਲਾ ਬਹਿਦਾ ਬਹਿਦਾ ਹੋ ਗਈ ਹੈ ਜੇ ਮੁੰਡੇ ਦੀ ਖੇਡ ਵਧੀਆ ਲੱਗ ਜਾ ਤਾੜੀ ਮਾਰੋ ਸਾਰੇ ਦਰਸ਼ਕ ਵੀਰ ਰੱਬ ਵਰਗੇ ਨੇ ਧੰਨਵਾਦ ਇਹ ਤੁਹਾਡੇ ਹੀ ਚੇਤੇ ਖਿਡਾਰੀ ਹੈ ਤੁਸੀਂ ਇਹਨਾਂ ਨੂੰ ਉੱਪਰ ਚੱਕਿਆ ਛੋਟੇ ਵਜਨਾਂ ਤੋਂ ਅੱਜ ਵੇਖਦਾ ਵੀ ਵਾਸ਼ਿੰਗ ਮਸ਼ੀਨਾਂ ਕਿਹਨਾਂ ਦੇ ਘਰੇ ਜਾਣਗੀਆਂ ਕਿਹਨਾਂ ਦੇ ਘਰ ਦੇ ਕੱਪੜੇ ਧੋਣਗੀਆਂ ਇੱਥੇ ਆਉਣ ਵਾਲੇ ਸਮੇਂ ਦਾ ਇੰਤਜ਼ਾਰ ਕਰਾਂਗੇ ਉਧਰ ਸਾਡੇ ਸੇਵਕ ਜੀ ਨਾਲ ਗੁਰਬੰਸ ਸਰਪੰਚ ਜੀ ਨਾਲ ਸਾਡਾ ਵੀਰ ਹੈਪੀ ਤੇ ਬਿੱਟੂ ਨਾਲ ਸਾਡੇ ਸਤਿਕਾਰਯੋਗ ਵੀਰ ਸਿਮਰ ਤੇ ਸੀਤੇ ਹੋਣੀ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਕਰਦੇ ਹਾਂ ਸਮੁੱਚੀ ਨਗਰ ਪੰਚਾਇਤ ਦਾ ਲਓ ਇਸ ਵੇਲੇ ਪੁਆਇੰਟ ਰੇਡਰ ਦੇ ਖਾਤੇ ਕੋਰ ਸੁਖੀਏ ਦੀ ਟੀਮ ਜਿਹੜੀ ਹੈ ਉਹ ਆਪਣੇ ਬਾਬਿਆਂ ਦੀ ਜਗ੍ਹਾ ਵਾਲੇ ਪਾਸੇ ਖੇਡ ਰਹੀ ਹੈ ਲੈ ਵੀ ਰਾਉਕਿਆਂ ਵਾਲਿਆ ਕਦੇ ਕਹਿੰਦੇ ਕੈਨੇਡਾ ਦੀ ਧਰਤੀ ਤੇ ਬੱਲੇ ਬੱਲੇ ਕਰਵਾਈ ਹੈ ਉਧਰ ਕਹਿੰਦੇ ਸਿੰਘ ਝੁਕਦੇ ਨੀ ਸਿੰਘ ਮੁੱਕਦੇ ਨੀ ਸਿੰਘ ਹਰਦੇ ਨੀ ਸਿੰਘ ਡਰਦੇ ਨੀ ਇਸੇ ਕਰਕੇ ਤਾਂ ਮੁੱਲ ਪੈਂਦੇ ਨੇ ਦਸਤਾਰਾਂ ਦੇ ਜਾਓ
अफगानिस्तान विच देख लो भाई कब्जे किए ने सिंह सरदारा ने कब्जे किए ने सिंह सरदारा ने गुरबंश सरपंच जी सिंह सरदार उन्हों का भी धन्यवाद है लो मुंडा इस वेले कहते अगली कबड्डी पाने लिए वादा होया 365 अज इस खेड मेले का मेरे वीरियो पूरे वर्ल्ड विच जिहड़ा लाइव दिखाया जा रहा है धन्यवाद है साडे टैणी वीर का ते प्रदीप माणुकिया वाला साडा वीर लाले होनी सारे वीर लक्की लड़कियां का धन्यवाद करते हैं लो निशान भमीपुरे ने कहते भी नौजवान ने विशेष तौर पर बड़ा माण सम्मान देना है आने वाले समय के भाई रूपे वाला नौजवान है विशेष तौर पर दीपा भाई रूपे का कबड्डी पा रहे हैं एक पास खहरा कहते हैं इस नौजवान नू राव के पिंड वाला जाफी अज दीवानियां दे विच जफा लाने की कोशिश करता होया चलो जगिया पा नौजवाना अगली कबड्डी घोलिया वर्स ढले के दोहे टीमों के खिलाड़ी जिहड़े है वेट रूम के आ जाए घोलिया वर्स ढले के तलवंडी भाई ते हरी के कला बाबा रुखड़दास क्लब भलूर ते लंगियाणा घड़का ते झंडा वाला विंजुका सैदो के ते इंदगढ़ नाल लंडे ते कोट करोड़ दोदा ते सुर सिंह वाला भलूर ते पंजग्राई ये सारिया टीम जिहड़ियां ग्राउंड के पुज गई ने लो ढले के दी टीम आ गई है घोलीए खुरद नूं एक मिनट का टाइम है घोलीए की टीम जिते भी आवाज नूं सुनदी है ग्राउंड के पुजन लो दुनिया का वधिया जाफी कहिंदे चरना ढले के वाला भी पुज गया है अपनी टीम नूं लेके आपां धन्नवाद करते हैं लो इस वेले खान लै भी खान आ मुंडे नूं खान कहिंदे है जिते नैनो गड्डियां दित्तियां जांदियां ने जिले लुधियाने का पिंड है बद्दोवाल उस पिंड का जाफी है इस वेले पूरा जोर लगता होया लै भी बद्दोवालिया लग जाना पता इहनू कहिंदे है भी खाधे ने बदम जी ने मंगल उसने ही गोडियां लवाउणियां कहिंदे है सियाणे गल्लां सच्चियां खाधियां खुराकां कम आउणियां लो शेरे ने गेड़े लाते है इहदे माता पिता भी है नहीं ये बेचारा कल्ले ही है इहदा जिन्ना भी हो सकदा मान सम्मान जरूर करना है उधर फिर कबड्डी राउकियां वाले बेअंत दी पै गई है और सुखी वाले नौजवाना अज कोई लड़का झटका नहीं रामसिया दिखाया अज लग जाना है पट्टा केड़ी टीम ने जितना है केड़ी ने हरना है लो फिर मैदान दे विच ढलेकियां दी टीम पुज गई है अगली टीम जल्दी ग्राउंड विच आ जावे घोलिया खुरद वर्ष ज ढलेकियां दा ओपन भारत का पहला मैच और तलवंडी भाई वर्ष ज हरी के कला यह दूसरा मैच है बाबा रुखड़दास क्लब भलूर ते लंगियाणा घड़का वर्ष झंडा वाला बिंजूका सैदो के ते इंदगढ़ लंडे ते कोट करोड़ दोदा ते सुर सिंह वाला नाली भलूर ते पंजग्राई ये जिहड़ियां टीमां दे खिडारी जिहड़े है अपने आप नूं रैडी रखण आने वाले समय दे विच ओपन दीआं टीमां दे बहुत वधिया मैच लो दीवाने पिंड वाला इस समय जग्गा कोट सुखिया वाला कहिंदे इस समय लाउंदा होया जफा बह जा साना दा पेड़ कबड्डी 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 फड़ लै नौजवाना जे फड़ सकदा है नौजवान तेरे पाले दी सरहद नूं पार कर गया है ये दवानिया वाल जगह मेरे वीरियो लो इस वेले अगली कबड्डी पाने लिए मुंडा भाई रूपे वाल बाबा भाई रूप चंद की बड़ी कृपा है गड्डिया के धनी बाबा भाई रूप चंद का पिंड है जितों के मास्टर बहाल सिंह जी मास्टर गुलजार सिंह जी उन्होंने तगड़ी कबड्डी खेडी आप धन्यवाद करते उन्हों का उस पिंड का ये नौजवान लो रावकिया वाला बेअंत 70 किलो भार दे विच कनेडा दे विच बहुत वधिया कबड्डियां पाईआं चौथा स्थान रहा इस नौजवान का लो धूड़ उड़ती है कोट सुखिए ते जिले मोगे वाला इस समय नौजवान कोशिश करता होया पर पॉइंट इस समय रेडर का कि फरीदकोट जिले का पिंड ढीमा वाली हुणे फैसले च लखां ही रुपईआं दे मोटरसाइकिल रखे आ बैस्टां दे लई सुपने च देखे हुणे खिडारियां भी कईआं ने गुरजीत अमन चैनी हैप्पी सिमर सोचदे ने गुरप्यार सिंह तां कहिंदे शर्तां लाईआं ने कई ने टीमां आईआं अज यारो खेडणे खिडारी इत्थे जित दीआं आसां कई टीमां ने भी लाईआं ने कई चोबरां ने अमरगढ़ वालिआं रब रखे मेहर इदां कि टीमां वाली पंचायत नूं लख लख बधाईआं ने टीमां वाली पिंड दी पंचायत नूं अज लख लख बधाईआं ने बधाईआं ने और दोने टीमां आ गईआं ने धूड़कोट इधरले पासे कहिंदे नौजवान अगली कबड्डी पाउंदे लई वाधा होइआ ढले के ते घोलीए खुरद दा जिहड़ा अगला ओपन भारत दा बहुत सोहणा मैच खेडिआ जाणा है दोहे टीमां दे खिडारी जिहड़े अपने आप नूं रैडी रखण ढलेकियां दी टीम पहुंच गई है घोलीए खुरद नूं एक मिनट दा टाइम है लो मुंडा राउकियां वाला
राव के पिंड मशहूर है जितों के बिंदर वर्गे लावी कौर सुखिया वाले आ उठ सुने देख सामने पॉइंट रेडर दा उधर साडा वीर सुखचैन जैनी जिंदगी दा बहुत प्यारा वीर है इधरले पासे कोलिया खुर्द दी टीम आ गई है बहुत धन्यवाद है तुहाडा सारे खिडारियों का चलो जवाना भाई रुपए वाला पॉइंट लेके वापस आ गया कि टीमा वाली दे मुंडे यार मुंडे शौक पगाउंदे दसा नौवां दी किरत कमाई खेडां उत्ते लाउंदे खरे खोटे दी पर खेना नू भाई कर दे गल टनका के राजे खेले सच्चे सज्जन मिलदे जफियां पाके राजे खेले सच्चे सज्जन उधरले पासे जगह दवानियां वाला बहुत ही फरतीला इस समय नौजवान ला के हाथ कोर सुखिए दे इस जफी नू पॉइंट दवाने पिंड दे लई जुड़दा होया मोबाइल ते साइकिल दिते जाने हैं लक्की ड्रा जिहड़ा कढ़िया जाना है जिन्हां दी टिकट मेरे वीरियो 50 रुपये है जिस वीर ने टिकट पाई उसे नू उहदी किस्मत जिहड़ी है मोबाइल ते साइकिल दी अज मैनू लगदा वी टल्लियां वेखदा वी किहड़े घर नू जांदियां ने उधर हैलो हैलो किहड़े दर्शक वीर नू नसीब होनी है लावी पत्तो वालिया फड़ नौजवाना वाहवे गभरूआ इहनू खान कहिंदे है इस समय पॉइंट कहिंदे रेडर दा इधर बिट्टू साडा वीर वो दूसरे पासे कहते फिर कबड्डी पै गई है आ भी भाई पॉइंटा वाले इधर नू आ जा भी मैनू दस दे दवाने पिंड की टीम जित गई है इस चलते हुए मैच के हुण वेखदा भी पहला मैच दर्श वीरो बाबा भार होके वेखण वाला मैच है ओपन दा तल्ले के ते घोलीए खुरद के दरम्यान खेडिया जाना है दीवानियां दे पॉइंट है 11.5 ते कोर सुखिए दे पॉइंट है जी 9 इहदे विचों दवानिया की जिहड़ी टीम है वह जेतू रही है बहुत सारे वीर अज कोई मेरे वर्गा टैंपू ते आया कोई साइकिल ते आया भाई तुहाडा सारयां दा धन्नवाद है क्योंकि कबड्डी नू जिहड़ा प्यार तुसीं बख्शदे हो दर्शक वीरियो क्योंकि कमेटियां दा एक आसरा हुंदा भी टूरनामेंट कराउणे और जिहड़ा हौसला देना हुंदा साडे रब वर्गे दर्शक वीरां ने देना हुंदा है तुहाडे सारयां दे चरणां दे विच असीं मत्था टेकदे हां साडी पूरी टीम दे वल्लों ਤੁਹਾਡਾ ਬਹੁਤ ਬਹੁਤ ਧੰਨਵਾਦ ਮਿਰਜੇ ਕੇ ਦੀ ਧਰਤੀ ਦਾ ਮੰਦਿਰ ਤੇ ਨਾਲ ਹੀ ਮੈਂ ਬੇਨਤੀ ਕਰਾਂਗਾ ਧੱਲੇ ਕੇ ਤੇ ਘੋੜੀਆ ਖੁਰਦ ਇਹ ਜਿਹੜੇ ਮੈਚ ਹੋਣਗੇ ਹੈਲੋ ਦਾਤਾ ਤੇ ਭਗਤ ਸੂਰਮਾ ਤਿੰਨੇ ਜੱਗ ਜਿਉਂਦੇ ਨੇ ਦੁਨੀਆ ਤੇ ਲੱਗਦੇ ਮੇਲੇ ਫਿਰ ਲੋਕੀ ਨਾ ਲੈਂਦੇ ਨੇ ਜੇ ਨਜ਼ਰ ਮਿਹਰ ਦੀ ਕਰ ਦੇਵੇਂ ਉਹਦੀ ਬਦਲ ਦੇਵੇਂ ਤਕਦੀਰ ਨੂੰ ਐਵੇਂ ਨਹੀਂ ਦੁਨੀਆ ਪੂਜਦੀ ਭੈਣ ਨਾਨਕੀ ਦੇ ਵੀਰ ਨੂੰ ਐਵੇਂ ਨਹੀਂ ਦੁਨੀਆ ਪੂਜਦੀ ਭੈਣ ਨਾਨਕੀ ਦੇ ਵੀਰ ਨੂੰ ਇੱਕ ਵਾਰੀ ਜਿੰਨੀ ਸੰਗਤ ਬੈਠੀ ਆ ਬੁਲਾਓ ਫਤਿਹ ਕਿ ਜਿਹਦੀ ਬੁੱਲਾਂ ਉੱਤੇ ਫਤਿਹ ਉਹਦੀ ਕੁੱਲਾਂ ਉੱਤੇ ਫਤਿਹ ਜਿਹਦੀ ਅੱਖਾਂ ਵਿੱਚ ਫਤਿਹ ਉਹਦੀ ਲੱਖਾਂ ਵਿੱਚ ਫਤਿਹ ਜਿਹਦੀ ਜ਼ੁਬਾਨ ਵਿੱਚ ਫਤਿਹ ਉਹਦੀ ਜਹਾਨ ਵਿੱਚ ਫਤਿਹ ਇੱਕ ਵਾਰੀ ਸਾਰੀ ਸੰਗਤ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੀਮਾ ਵਾਲੀ ਦਾ ਇਹ ਮਸ਼ਹੂਰ ਨਗਰ ਹੈ ਮੇਰੇ ਵੀਰਿਓ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ 'ਤੇ ਵੱਖਰਾ ਨਾਮ ਹੈ ਇਸ ਪਿੰਡ ਦਾ ਧੰਨ ਧੰਨ ਬਾਬਾ ਫਕਰਦਾਸ ਕਿ ਧੰਨ ਧੰਨ ਬਾਬਾ ਫਕਰਦਾਸ ਜੀ ਤੈਨੂੰ ਦੁਨੀਆ ਚੇਤੇ ਕਰਦੀ ਹੈ ਉਹ ਦੁਨੀਆ 'ਤੇ ਵੜਭਾਗਾ ਬੰਦਾ 'ਤੇ ਜੀ 'ਤੇ ਰਹਿਮਤ ਤੁਹਾਡੇ ਦਰਦੀ ਹੈ ਉਹ ਦੁਨੀਆ 'ਤੇ ਵੜਭਾਗਾ ਬੰਦਾ 'ਤੇ ਜੀ 'ਤੇ ਰਹਿਮਤ ਤੁਹਾਡੇ ਦਰਦੀ ਹੈ ਸਮੁੱਚੀ ਟੂਰਨਾਮੈਂਟ ਕਮੇਟੀ ਨੂੰ ਔਰ ਸਮੁੱਚੀ ਗ੍ਰਾਮ ਪੰਚਾਇਤ ਦਾ ਵੱਡਾ ਧੰਨਵਾਦ ਹੈ ਜਿਹੜੇ ਆਏ ਸਾਲ ਆ ਵੱਡਾ ਪ੍ਰਬੰਧ ਕਰਦੇ ਹੈ ਕਬੱਡੀ 365.com ਦੇ ਜ਼ਰੀਏ ਅੱਜ ਦਾ ਇਹ ਕਬੱਡੀ ਕੱਪ ਜਿਹੜਾ ਪੂਰੀ ਦੁਨੀਆ 'ਤੇ ਦਿਖਾਇਆ ਜਾ ਰਿਹਾ ਪੂਰੀ ਦੁਨੀਆ ਤੱਕ ਰਹੀ ਨਜ਼ਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪ੍ਰਵਾਸੀ ਭਰਾਵਾਂ ਨੂੰ ਮੁਬਾਰਕਬਾਦ ਹੈ ਜਿਨ੍ਹਾਂ ਨੇ ਵੱਡੇ ਦਾਨ ਦਿੱਤੇ ਹੈ ਨਾਲ ਆਏ ਹੋਏ ਦਰਸ਼ਕ ਵੀਰਾਂ ਦਾ ਸਾਰੇ ਨਗਰ ਵਨੀਓ ਔਰ ਗ੍ਰਾਮ ਪੰਚਾਇਤ ਵਨੀਓ ਜੀਆਂ ਨੂੰ ਜਿੰਨੇ ਵੀ ਕਦਮ ਤੁਸੀਂ ਚੱਲ ਕੇ ਆਏ ਹੋ ਲਓ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਕੋਲੀਏ ਖੁਰਦ ਦੀ ਜਿਹੜੀ ਟੀਮ ਹੈ ਉਹ ਇੱਧਰ ਸ਼ਿਪ ਦੇ ਵਾਲੇ ਪਾਸੇ ਚਲੀ ਗਈ ਹੈ ਔਰ ਚੜ੍ਹਦੇ ਵਾਲੇ ਪਾਸੇ ਧੱਲੇਕਿਆਂ ਦੀ ਟੀਮ ਹੈ ਆਹ ਗੱਭਰੂ ਮੇਰੇ ਵੀਰੇ ਦੁਨੀਆ ਦਾ ਪ੍ਰਸਿੱਧ ਜਾਫੀ ਹੈ ਜਿਸ ਖਿਡਾਰੀ ਨੇ ਕਹਿੰਦੇ ਕੈਨੇਡਾ ਦੇ ਮੈਦਾਨਾਂ ਦੇ ਵਿੱਚ ਧੁੰਮ ਪਾਈ ਹੈ ਔਰ ਧੱਲੇਕਿਆਂ ਦਾ ਕਬੱਡੀ ਦੇ ਮੈਦਾਨ ਦੇ ਵਿੱਚ ਲਾਉਂਦਾ ਹੋਇਆ ਜੱਫਾ
अगली रेड कहते वे रेशम के पुत की तकांगे भांगर की धरती का कुलदीप कबड्डी के मैदान पाँदा होया रेड कि जब भी कोई धावी पाँदा है रेड मत्था टेक के आता है स्वाद पंजाबियों कौड़ी दे के जो लग जाए वधिया जो दफा तो दुनिया पैंदी नच मित्रो कौड़ी खेड है पंजाबियों की मां एक सोलह ने सच मित्रो ठीक है जी ग्राउंड सारा फास्ट है तलवंडी भाई ते हरी के कला दोने टीम जिहड़ियां कबड्डी के ग्राउंड के बिल्कुल नेड़े पहुंच जाण तलवंडी भाई ते हरी के कला बाबा रुखड़दास कबड्डी क्लब भलूर वारसज लंघे आना यह टीम जिहड़ियां कबड्डी के मैदान के वल आ जाण लो छोटी जी उम्र है इस कबड्डी के खिडारी की धल्ले के पिंड है सुखमंदर सिंह धल्ले के कहते इन्हें कबड्डी के खिडारियों को बड़ा प्यार करता है अंग्रेज धल्ले के कबड्डी का महान खिडारी होया लो धल्ले के वाला नंबर टीम के हिस्से जोड़ता होया जोबन नाम मेरे वीरियो उधर रीत स्टूडियो वाले का विशेष तौर पर धन्यवाद है जेडे इस कबड्डी कप दिया कुछ झलकियां अखां दे विच बंद कर रहे हैं कैमरे की अखां दे विच पूरे जेडे सीन लै रहे हैं लो जोबन ते दूसरे पासे कहिंदे वाओ गबरूआ स्वाद आ गया धल्ले क्या वालिया इहनू कहिंदे कबड्डी पूरा जोर लगता है लो भांगर की धरती का कुलदीप कीपा कबड्डी के मैदान पाँदा होया रेड टीम वाली की धरती लाओ मेरे वीरों पैंदी हुई कबड्डी सांभिया शरीर नौजवान ने कबड्डी पा के वापस मुड़ता होया भांगर की धरती कुलदीप जे खेडनी होवे कबड्डी तो जोर जरूरी है जे ढोल अगे नचना होवे लोर जरूरी है जे सप्पां दे संग रहना होवे जोग जरूरी है मरिया भावें दुश्मन होवे सोग जरूरी है वतना वाली मिट्टी का सत्कार जरूरी है विच ग्राउंड के जित ते कदे हार जरूरी है विच ग्राउंड के जित ते कदे हार जरूरी है ला इधरले पासे मेरे वीरो मुकाबला बड़ा वधिया है दुनिया के महान कबड्डी के खिलाड़ी पहुंचे हुए है तलवंडी भाई ते हरी के कला तलवंडी भाई की टीम बिल्कुल जिहड़ी कबड्डी के ग्राउंड पहुंच चुकी है और मेरी बेनती है हरी के कला ग्राउंड खाली नहीं होना चाहिए और जिहड़ी टीम ना आई उहदा कोई लंबा समा इंतजार नहीं किया जाना क्योंकि कल साडे वीरां ने मेरे वीरो अपने पिंड दीआं टीमां जिहड़ियां कट्टियां इह वड्डा रूल है टूरनामेंट कमेटी सख्त फैसले लैंदी है उधर बैठी पंचायत इधरले पासे कहिंदे कबड्डी पैंदी है गोल जिहा शरीर मुंडे दा ते दूसरे पासे कहिंदे वी धल्ले क्या वाला बहदा बहदा करवाई आउंदा है लगा पिया जोर वाह सोहणिया गड्डी पहुंच गई स्टेशन ते पिछे हट जा बाबूआ मैनू माहिया वेखण दे लो हुण देखांगे वी अगली रेड भांगर की धरती का कुलदीप पारे दे शरीर का खिडारी कबड्डी के मैदान पाँदा होया रेड कनेडा भी खेडिया पंजाब के कबड्डी कप सोहणे खेडिया पंजाब के पेंडू खेड मेलिया ते तूती बोली इस खिडारी की आ गया कबड्डी पा के तलवंडी भाई ते हरी के कला मेरी बेनती है दोनों टीमों तलवंडी भाई पहुंच चुकी है हरी के कला जे चलते मैच दे विच ना आई तां असी बड़ा लंबा समा इंतजार नहीं करना बाबा रुखड़दास कबड्डी क्लब भलूर वारसज लंघे आना नाल मेरे वीरो मैच होगा घड़का ते झंडा वाला विंजूका सैदोके ते इंदगढ़ दीआं टीमां ने खेडना है ये मैच अज कबड्डी दे सोहणे होणे है हरदीप की कबड्डी है ते दूसरे पासे देखांगे भी जख्मी शेर लो कबड्डी बबली दी तकांगे आ मेरे वीरो कबड्डी के खिडारी कहिंदे दुनिया नचाई हुई उंगलां ते रूड़कियां दी धरती दा बबली कबड्डी दे मैदान दे पाउंदा होया रेड इधर चिट्टियां कपाह दीआं फुट्टियां वर्गी धुप्प है दर्शक वीर कहिंदे कल्ली कल्ली रेड दा आनंद माण रहे हैं उधर 365.com वाले पूरी दुनिया ते कबड्डी दा मैच दिखा रहे हैं पैंदी हुई रेड रूड़कियां वाले बबली दी और दूसरे पासे कहिंदे किंदे दे नाल मुकाबला हुण देखांगे चोटी दा जाफी है पर रेडर भी कमाल दा है हट सोहणिया सदके जावां धावी दा नंबर रूड़कियां वाला बबली घोलीए दी टीम दे हिस्से जुड़ गया है उधर साढ़े गुरबंश सिंह जी सरपंच साहब अज उन्हां नूं भी मुबारकबाद है कबड्डी के जिहड़े महान खिडारियों सद्दे पत्र दिते हुए है
पहुंचिया हुई टीमां पहुंचे हुए दूर दूर तो दर्शक वीर के आरी 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 पिंड टीमां वाली की धरती ते मेला लग्या कट हो गया भारी दूर दूर तो पहुंची दुनिया करके फुल तैयारी फिर पैंदा कसमान बिटुआ ते जो खेडे ग्राउंडा विच खड़ारी फिर पैंदा कसमान ते जो खेडे ग्राउंडा विच खड़ारी जे कोई टीम आई है तो मेरी बेनती है भी अपना नाम लिखा दे जिन्हां नूं असीं सद्दे पत्र दिते हुए है बहुत ही वधिया जिहड़ियां टीमां पहुंच चुकी हैं जिहड़ियां टीमां दी एंट्री हो गई है वो टीमां दे खिडारी हजे तक साडे प्रबंधक वीरां नूं नहीं मिले कृपा करके वो खिडारी जिहड़े साडे प्रबंधक वीरां दे नाल राबता कायम कर लैण कबड्डी दे मैच जिहड़े सोहणे खेडे जाणे है पैंदी होई रेड और संभालिया होया शरीर मेरे वीरो इस कबड्डी दे खिडारी दा पैंदियां कबड्डियां ने चढ़ चढ़ के वेखदा जमाना सारा खड़ खड़ के कीदियां पट्टां दे विच जान मित्रो ते केरा फिर जितूगा मैदान मित्रो आ मेरे वीरो तले धरती दे महते दी कबड्डी दिल दे विच सांभी बैठा चरना तले क्या वाला कबड्डी दे मैदान दे विच ला जफा खुशी महसूस करदा होया भांगर दी धरती दा कुलदीप कीपा मेरे वीरो कबड्डी पा के वापस मुड़िया उधर धर्मकोटिया लखा आ गया ते नाल मेरे वीरो तलवंडी भाई वाले धीरे हुणा दी गल होनी है मुकाबला बड़ा वधिया खेडा जाना है रमने हुणी नाल हीरे हुणी पहुंचे हुए है कबड्डी का मैच देखण वाला होना है वाह भी इधरले पासे फिर बल्ले बल्ले करवाई आउंदा मेरे वीरो सिरे दे तावियां नूं डक्कण दी समर्था रखदा अमना लाओ मेरे वीरो कबड्डी के मैदान दे विच तल्ले क्या वाला बहुत ही वधिया जिहड़ी कोशिश करदा होया अरे लग गया जफा तावी गया डक्या चढ़ गया चा जिन्ना जिन्ना ने तकिया चढ़ गया जिन्ना जिन्ना ने तकिया सारयां दे दिलां नूं चाढ़ी जानी है सरूर नहीं कबड्डी ए कई प्लेयर तां सी पहलां घरों सरदे ते कईयां दी तां करती गरीबी दूर नहीं कबड्डी ए कई प्लेयर तां सी पहलां घरों सरदे ते कईयां दी तां करती गरीबी दूर नहीं कबड्डी ए नाल ही तलवंडी भाई ते हरी के कला ये दोने टीमां सेंटर लाइन ते आउण तलवंडी भाई ते हरी के कला दीआं टीमां दे दरमियान जिहड़े कबड्डी दे मैच खेडे जाणे आ तल्ले के इंद्रजीत तल्ले के जेतू रही आ जी नोट करन जी साडे प्रबंधक वीर तल्ले क्या दी टीम जिहड़ी जेतू रही आ चलदे होए मैच दी विनर टीम तल्ले के है आओ तलवंडी भाई ते हरी के कलां दीआं टीमां दे दरमियान कबड्डी दा मैच तकांगे मुंडे ओ डंड बैठकां मारो कुड़ियो अपना रूप शिंगारो थोड़ी की मजबूरी है बाकी दे कम बाद च पहला सेहत जरूरी है बाकी दे कम बाद च पहला सेहत जरूरी है सो फास्ट एड दे लई डॉक्टर साहब जिथे भी मेरी आवाज सुनते हैं स्टेज के कोले पहुंचण डॉक्टर साहब जिथे भी मेरी आवाज सुनते हैं कृपा करके स्टेज के कोले पहुंचण बहुत ही वधिया जिहड़ा हुण मुकाबला खेडिया जाणा तलवंडी भाई ते हरी के कलां दीआं टीमां दे दरमियान जिहड़ा आपां कबड्डी दा मैच तकांगे आ गया गगड़े पिंड दा बिल्ला टीमां मेरे वीर सारियां वधिया मैच सारे जिहड़े कबड्डी दे वधिया खेडे जाने है पहला राउंड थोड़ा टीमां सद्दण दे विच लंघ जाणा है दूसरे राउंड दे विच गल्लां होणगीआं दुनिया दे महान खिडारी पहुंचे हुए है लाओ जी मुकाबला जिहड़ा शुरू हो चुका है तलवंडी भाई की जिहड़ी टीम है
वो टीम छिपदे वाले पासे है और चढ़ते वाले पासे जिहड़ी टीम है हरी के कलां दी टीम है। दोनों टीमों के दरम्यान मेरे वीरो मुकाबला बड़ा वधिया खेडिया जाना है। पहली रेड तकांगे भी किस खिडारी ने पाउणी है। आ खिडारी कहिंदे भी चुस्ती फुरती का मालिक है राजांवाला पिंड इस कबड्डी के खिडारी का सुखा नाम है मेरे वीरो इस कबड्डी के खिडारी का सुखा राजांवाले का रेड पाउण दे लई वादा होया। नाल ही जसविंदर आसा वोटर पंजाब दे प्रसिद्ध बुलारे पहुंचे हुए है नाल दलजीत सिंह जी सिद्धू राय के कलां नाल साडा वीर लालतो वाला पुज्या होया नाल दीपू अमरगढ़िया सारे कमेंटेटरां दे वड्डे धन्नवाद मोदी साडा वीर उस वीर का भी धन्नवाद है। लो इस समय दर्शन फैसले करदा भी नंबर तावीद है नंबर तावीद है। अगली रेड जस्से दे नाम दे नाल जाणिया जांदा आ कबड्डी का खिडारी एक कन्नी ते कहिंदे वी लाले तलवंडी भाई वाले का भतीजा खड़ा है एक कन्नी ते तलवंडी भाई वाले लाले का सपुत्र खड़ा है नाल गगड़े का बिल्ला ते नाल तलवंडी भाई आ कौन है कि प्यो पर पूत नसल पर घोड़ा बहुता नहीं तो थोड़ा थोड़ा जवानी के पैरे च कहिंदे आ नौजवान के पिता ने सोहनी कबड्डी खेडी है। लो मेरे वीरियो रमना तलवंडी भाई का ट्राई करता होया पर नंबर तावी का खरे खरे जाफिया तो आउंदा नहीं वह लोट खरे खरे जाफिया तो आउंदा नहीं वह लोट नाम है मेरे वीरो लखा ते पिंड धर्मकोट नाम है मेरे वीरो लखा ते पिंड धर्मकोट धर्मकोट की धरती का लखा सो मेरी बेनती है भी जिहड़ियां टीमां नूं असीं सद्दे पत्र दिते होए है ओही टीमां एंटर होण। सो बेनती है प्रबंधक वीरां वल्लों क्योंकि बहुत ज्यादा टीमां हो गईआं और बाहरलीआं टीमां नूं मुड़ के नेरा हो जांदा है। सो मैच जिहड़े वधिया दिखाउणे है मनप्रीत मन्नू खारेवाल कबड्डी दे मैदान दे विच रेड टचकिआं दे तलवंडी भाई वाले नूं लाया ते नंबर मन्नू दा। अगलिया दोनों टीम बाबा रुखड़दास कबड्डी क्लब भलूर ते लंगेआणा दोनों टीम जिहड़ियां कबड्डी के ग्राउंड दे विच पहुंच जाण तलवंडी भाई ते आ जिहड़ा मैच हरी के कलां दा तक रहे हैं। विदेशां दे विच बैठा साडा वीर अवतार बराड हांगकांग लंगेआणे वाला मुबारकबाद भेजदा अज दे कबड्डी नाल वीरो अज इस कबड्डी के मैचों देख रहा है मोठा घुमिया उस वीर मुबारकबाद है अज दे वधिया कबड्डी दे मैच। लो पैंदी हुई रेड जस्से दी इस खिडारी दे बड़े माण है लो रमना तलवंडी भाई वाला ते एक पासे मेरे वीरो जस्सा पर नंबर तलवंडी भाई दी टीम दे हिस्से जुड़ गया। तलवंडी भाई दे लई कोई शहर बहुत सोहणियां लैणा लिखदा है पहला हुण साडे पिंड दे स्टेशन ते जान छूक दियां रेलां हुण साडे पिंड दे स्टेशन ते जान छूक दियां रेलां कदे तलवंडी भाई फाटका करके प्रसिद्ध संद बनाउण दे विच प्रसिद्ध हुई है लाओ कदे तलवंडी भाई खड़ारियां करके प्रसिद्ध हुई है। आ गबरू राजा वाले का सुखा अज तलवंडी भाई का पुत बन के खेडदा और बहुत ही वधिया नंबर जोड़दा होया अपनी टीम दे लई। अगली रेड फिर तकांगे कबड्डी पाउंदा होया मनप्रीत मन्नू एक कन्नी ते हुण देखदा भी गगड़े मारिया कोई वधिया जिहा दफा नहीं दिखाया नंबर तावी दा यारी यार दी उदों टुट जावे जदों उंगल बगाने दी लग जावे रेडर तकड़ा होवे चाहे माड़ा डबल टच होए तो भज जावे रेडर तकड़ा होवे चाहे माड़ा टच होए तो भज जावे। कुलवंत सिंह जी एस आई साहब वड्डा धन्नवाद है संघा साहब पहुंचे हुए है नाल विशेष तौर पर धन्नवाद है। भलूर की टीम आ गई है लंगियाने वाले गबरू आओ जी सोना बांदर डोर वाला कपड़े उतार के ग्राउंड च आवे भलूर की टीम उस खिडारी उड़ीक रही है भलूर की टीम उस खिडारी उड़ीक रही है। लाओ मेरे वीरो इस खिडारी ने आ कबड्डी के कप से कहते भी बहजा बहजा करवाई सरावां दे सुखवीर नूं जफ्फा मारिया इस खिडारी ने
और एक बोल्ट मोटरसाइकिल मिलया, एक कनेडा का वीजा मिलया इस खिलाड़ी नूं। ये कौन है? ये मेरे वीरो गगना तलवंडी भाई की धरती का इस समय कबड्डी मैदान दे विच लाउंदा होया जफा। खेड कबड्डी मुढ़ तो ही दिन जान पंजाबियों की, इस दे विच है वसदी यारो शान पंजाबियों की। वांग मसाला चेहरे दगदे ने पहलवाना दे, आ देखण वाले होंदे दोस्तों जौहर जवाना दे, आ देखण वाले होंदे दोस्तों जौहर जवाना दे। कबड्डी जस्से की अर चार जाफी इस समय बिल्कुल तैयार है, घूमती हुई चैन दुनिया के महान जाफिया की, जिथे कहते आ धीरा हुणे हुणे खेडन लगा है। और मेरे वीरों कबड्डी का वधिया खिलाड़ी बन गया है, क्योंकि चोटी के खिलाड़ियों खेड खेड के वड्डा माण मिलता। आ भी सुखिया पा नौजवान अगली रेड आ गया दुनिया का महान खिलाड़ी, कहते डगो रमाने का नाम। एक बार हाथ खड़े करके हाजरी लवाई सतनाम सिंह। यह है मेरे वीरों इंग्लैंड के मैदान च सोहना खेड के पहला पंजाब के कबड्डी कप लुटे, फिर कनेडा, फिर इंग्लैंड, पूरे हर था झंडी गड्डी है। सतनाम कहना असी तो चमकाउनी दुनिया उत्ते कबड्डी है, मंदरा असी तो चमकाउनी दुनिया उत्ते कबड्डी है। इधरले पासे भलूर दे कीपे होनी ते नाल मेरे वीरो दुनिया के महान खिलाड़ी तोते वर्गे पहुंचे हुए है, नाल वांदर रोड का सोना। गभरू कर तैयारी कबड्डी के ग्राउंड दे विच आ जावे वांदर रोड की धरती का सोना। लंघे आने की टीम ग्राउंड च आवे, लंघे आने की टीम जल्दी तो जल्दी कबड्डी के ग्राउंड के आवे, क्योंकि बाबा रुखड़दास कबड्डी क्लब भलूर की टीम जी वो कबड्डी के मैदान पहुंच चुकी है। जी आयां नूं सारे दर्शक वीरां दा वड्डा धन्नवाद। और विदेशां दे विच बैठे प्रवासी अज इस कबड्डी का लुत्फ लै रहे हैं, अज दे दिन का नज़ारा माण रहे हैं। पा नौजवान अगली कबड्डी लाओ के पिंड ढीमावाली की धरती ते मेला लग्या मां खेड कबड्डी का। लंबे रूट ते टायर बोलदा वधिया गड्डी दा, मंदर मिरजे के वाजा मारे तू मोटर बंद कर दे आपां कल नूं मोड़ांगे क्यारे। अज आपां मैच देखणे आ, सोइधरले पासे कबड्डी का मुकाबला वधिया, नंबर धावी दा नंबर हरी के कलां दी टीम दे हिस्से जुड़दा होया। अगली रेड कहंदे वी तलवंडी भाई दा हीरा कबड्डी पाण चलिया है, जिस पिंड दे बिल्ले ने तगड़ी कबड्डी खेडी है, और जिस पिंड के कहंदे डीसी ने तगड़ी कबड्डी खेडी है, जिस पिंड के कहंदे वी लाले ने तगड़ी कबड्डी खेडी है, जिस पिंड के कुलविंदर ने, जिस पिंड के कालसी ने, जिस पिंड के बलजिंदर ने तगड़ी कबड्डी खेडी है। तलवंडी भाई कहंदे खिडारियों की धरती है हीरा तलवंडी भाई दा, कबड्डी के मैदान के नंबर जोड़ता होया। अगली रेड इधरले पासे फिर तकांगे, नाल ही लंघे आने की टीम जल्दी तो जल्दी ग्राउंड के आवे। लंघे आने की टीम जिथे भी मेरी आवाज सुनती है, लंघे आना दसो भी खेडना या नहीं खेडना। बाबा रुखड़दास कबड्डी क्लब भलूर पहुंची हुई है, लंघे आना आ गई, ठीक है पलवानों। आ देख रहे भी सुखा राजा वाले की धरती का कबड्डी के मैदान के अगली रेड पाँदा होया। आ देखांगे भी कोई नाम गुरां दा लैंदा मत्था टेक के कबड्डी पाँदा, जाफी सोहने जफे लाउंदा ना दुनिया ते चमकाउंदा। तलवंडी भाई टीम जिहड़ी जेतू रही है, साडे प्रबंधक वीर ध्यान दे नाल नोट कर लैण, लो बापू नरसों दे पोते दीआं गल्लां होणीआं मेरे वीरो कबड्डी दे मैदान दे विच। उधर कहिंदे भलूर वाले तोते दी गल होणी है, भलूर वाले बसंत दी गल होणी है, दुनिया दे महान खिडारी जिहड़े पुज्जे हुए है। अज मुबारकबाद है समुची ग्राम पंचायत ढीमावाली नूं, समुची टूरनामेंट कमेटी नूं, और मुबारकबाद है मेरे वीरो बच्चा बच्चा वधाई दा पात्र है अज इस धरती दा।
मारो जी विसला नाल डगोर माने दे शारने दी भी गल मेरे वीरो होनी है उधरले पासे मैं देखदा भी गबरू कर तैयारी उच्चे लंबे कद का मालक है जिस खिडारी ने कहिंदे पूरी दुनिया लुट्टी हुई है दोने खिडारी मेरे वीरो पंजाब दे नहीं बल्कि पूरी दुनिया के प्रसिद्ध है हुण देखांगे भी कबड्डी का मैच आ भी वधिया होना है पहले मैच च तलवंडी भाई जेतू रही है खिडारी ध्यान दे नाल नोट करन भी इहदू बाद जिहड़ी भी टीम ने एंटर होना वो साडे प्रबंधक वीरां नूं जल्दी तो जल्दी मिले डगोर माणा कहिंदे भी धन धन बाबा कालू नाथ की याद दे विच कबड्डी का खेड मेला करवाया करते सी और उत्थे कुछ साल भावें गैप पिया धन धन बाबा कालू नाथ की चरण छो प्राप्त धरती है डगोर माणा पिंड और उधर सीर वाली तो साडे बड़े सत्कारयोग वीर पहुंचे हुए है जिहड़े आए साल कबड्डी का महान कुंभ करवाउंदे है आओ जी मुकाबला जिहड़ा शुरू हो चुका है लंगियाणे की टीम चढ़दे वाले पासे है और छिपदे वाले पासे पिंड वाले पासे जिहड़ी टीम है बाबा रुखड़दास कबड्डी क्लब भलूर की टीम है पहली रेड देखांगे भी गुरनाम सिंह नामे के नाम के नाल जाना जाता कबड्डी का खिलाड़ी पहली रेड लंगियाणे के खिलाड़ी ने पा दी है आ गभरू कौन है कनेडा भी खेडिया पंजाब का उत्तम जाफी डिकलेयर किया गया मालवे के एरिए दे मैचों का कौन है डगोर माणे की धरती का शरणजीत सिंह शरना मेरे वीरो इस समय कबड्डी के मैदान ला बल्ले बल्ले सदके जावा अगली कबड्डी आ कबड्डी के खिडारी ने कहते 2012 से 2013 के सीजन के पंजाब कबड्डी कपा के 70 किलो भार के दुनिया उंगलों से नचाई है अर्शदीप पूरा नाम है इस कबड्डी के खिलाड़ी का अर्श के नाम के नाल जाने जाता कबड्डी के मैदान के अर्श भलूर की धरती का कबड्डी के मैदान पाँदा होया रेड के पल में फर्शो अर्श पचा दे जे बख्शे वड्याइया लगते रहन खुशी के मेले ते मिलदिया रहन वधाइया लगते रहन खुशी के मेले ते मिलदिया रहन वधाइया अज मेरे वीरों वधाइया मिलदिया समुची टीमां वाली भी ग्राम पंचायत नूं और समुची टूरनामेंट कमेटी आ गभरू कौन है ये भलूर की धरती का तोता मेरे वीरो इस खिडारी ने भी केडा कनेडा के मैदानों च 70 किलो भार च वधिया प्रदर्शन किया कदे नुगरा घोड़ा जितया लाओ बल्ले सदके जावा ये मेरे वीरो तोता भलूर वाला लाउंदा होया जफा एक बारी जोरदार ताड़ी मार दे दर्शक वीरो चलिया दुनिया का महान खिडारी पंजाबियों की जिंद जान डगोर माणे की धरती का सतनाम सिंह कबड्डी पा के वापस मुड़िया मारो जोरदार ताड़ियां एक बारी यह है मेरे वीरो इंग्लैंड के मैदानों चो हुणे हुणे वापस परतिया और साडे वीर अमने हुणा दे सद्दे पत्र ते इस वीर ने जिहड़े कबड्डी दे मैदानों दे विच शिरकत की है बिट्टू हुणी सिमरे हुणी कहिंदे इंद्रजीत हुणी इन्हां कबड्डी के खिडारियों नूं वड्डे माण दिंदे मेरे वीरो धर्मेंद्र हुणी वड्डे माण दिंदे इन्हां खिडारियों नूं इस तरह यह खिलाड़ी पुजदे है अगली रेड आ गभरू कौन है यह बसंत है भलूर वाला करता हुआ ट्राई पर नंबर धावी का